ਸੇਵਾ ਸੁਸਾਇਟੀ ਦੇ ਸਾਰੇ ਮੈਂਬਰ ਸਾਹਿਬਾਨ 'ਤੇ ਔਰ ਗੁਰੂ ਨੇ ਐਡੀ ਵੱਡੀ ਬਖਸ਼ਿਸ਼ ਕਰਕੇ ਹੁਣੇ ਹੀ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਜੀ ਜਦਰ ਤੱਕ ਸ਼੍ਰੀ ਕੇਸਗੜ੍ਹ ਸਾਹਿਬ ਜਿੱਥੋਂ ਸਾਨੂੰ ਇਹ ਸਰੂਪ ਮਿਲਿਆ ਔਰ ਸਿੰਘ ਸਾਹਿਬ ਜੀ ਨੂੰ ਇੱਕ ਇਸ ਗੱਲ ਦਾ ਸ਼੍ਰੇਅ ਜਾਂਦਾ ਹੈ, ਇੱਕ ਗੱਲ ਦਾ ਮਾਣ ਜਾਂਦਾ ਹੈ ਕਿ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਸੇਵਾ ਨਿਭਾਉਣ ਤੋਂ ਪਹਿਲੇ ਸਤਿਕਾਰਯੋਗ ਸਿੰਘ ਸਾਹਿਬ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਬਾਬਾ ਬੁੱਢਾ ਜੀ ਦੇ ਆਸਣ 'ਤੇ ਬੈਠ ਕੇ ਧੰਨ ਗੁਰੂ ਰਾਮਦਾਸ ਦੇ ਚਰਨਾਂ ਵਿੱਚ ਬਤੌਰ ਸਤਿਕਾਰਤ ਗ੍ਰੰਥੀ ਸਿੰਘ ਵੀ ਸੇਵਾ ਨਿਭਾਉਂਦੇ ਰਹੇ। ਬਹੁਤ ਮਾਣ ਵਾਲੀ ਗੱਲ ਹੈ ਸਿੰਘ ਸਾਹਿਬ ਲਈ ਔਰ ਹੁਣ ਤੱਕ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਸੇਵਾ ਨਿਭਾਉਂਦੇ ਨੇ ਔਰ ਏਕ ਨੂਰ ਸੇਵਾ ਸੁਸਾਇਟੀ ਦੇ ਸਮੂਹ ਮੈਂਬਰ ਸਾਹਿਬਾਨ ਨੂੰ ਬਹੁਤ ਜ਼ਿਆਦਾ ਸਤਿਕਾਰ ਅਤੇ ਮਾਣ ਦਿੱਤਾ ਔਰ ਵਿਸ਼ੇਸ਼ ਕਰਕੇ ਸੋਦਰ ਦਾ ਪਾਠ ਉਹਨਾਂ ਨੇ ਹੁਕਮ ਮੁਤਾਬਕ ਕੀਤਾ ਆ ਕੇ ਔਰ ਸਮੇਂ ਨਾਲ ਪਹੁੰਚੇ ਔਰ ਉਸ ਤੋਂ ਬਾਅਦ ਕੁਝ ਸਮੇਂ ਲਈ ਧੰਨ ਗੁਰੂ ਨਾਨਕ ਸਾਹਿਬ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ 'ਤੇ ਆਪ ਜੀ ਨਾਲ ਵਿਚਾਰਾਂ ਦੀ ਸਾਂਝ ਕੀਤੀ। ਸਿੰਘ ਸਾਹਿਬ ਜੀ ਇੱਕ ਗੱਲ ਉਚੇਚੇ ਤੌਰ 'ਤੇ ਕਰਕੇ ਗਏ ਨੇ ਕਿ ਇਹ ਜਿਹੜੀਆਂ ਅਰਧ ਸ਼ਤਾਬਦੀਆਂ ਹੁੰਦੀਆਂ ਜਾਂ ਸ਼ਤਾਬਦੀਆਂ ਹੁੰਦੀਆਂ ਮਨੁੱਖ ਦੇ ਜੀਵਨ ਵਿੱਚ ਬਹੁਤ ਵਿਰਲੇ ਇਨਸਾਨਾਂ ਨੂੰ ਮਿਲਦੀਆਂ। ਮੈਂ ਬੇਨਤੀ ਕਰਾਂ, ਤੁਸੀਂ ਸਾਰੇ ਬੈਠੇ ਹੋ, ਮੇਰੇ ਨੌਜਵਾਨ ਵੀਰ ਵੀ ਬੈਠੇ ਆ, ਮੇਰੀਆਂ ਧੀਆਂ ਭੈਣਾਂ ਵੀ ਬੈਠੀਆਂ, ਕਦੇ ਸੋਚ ਕੇ ਵੇਖਿਆ ਵਿਚਾਰ ਕੇ ਜਿਹੜਾ ਅੱਜ ਇਸ ਮਹੀਨੇ ਵਿੱਚ ਨਵੰਬਰ ਵਿੱਚ ਜਨਮ ਲੈ ਰਿਹਾ ਜਾਂ ਦਸੰਬਰ ਵਿੱਚ ਜਨਮ ਲੈ ਰਿਹਾ
ਉਹ ਜਦੋਂ 600 ਸਾਲਾਂ ਆਏਗਾ ਤਾਂ 50 ਸਾਲਾਂ ਦਾ ਹੋ ਜਾਏਗਾ। ਜਿਹੜੇ ਮੇਰੇ ਵਰਗੇ ਆ ਉਹ ਕਦੋਂ ਦੇ ਸੰਸਾਰ ਤੋਂ ਜਾ ਚੁੱਕੇ ਹੋਣਗੇ, ਕਿਉਂਕਿ ਬਹੁਤੀ ਉਮਰ ਨਹੀਂ ਮਨੁੱਖ ਨੂੰ ਮਿਲਦੀ, 70-80 ਸਾਲ, ਵੱਧ ਤੋਂ ਵੱਧ ਕੋਈ 100 ਨੂੰ ਵੀ ਕੋਈ ਵਿਰਲਾ ਹੀ ਹੱਥ ਲਾਉਂਦਾ। ਇਹਦਾ ਮਤਲਬ ਜਿਹੜੀਆਂ ਸ਼ਤਾਬਦੀਆਂ ਨੇ ਨਾ, ਇਹ ਜਿਹੜਾ 550 ਸਾਲਾਂ ਤੁਹਾਡੇ ਜੀਵਨ ਵਿੱਚ ਆਇਆ, ਬੜੇ ਖੁਸ਼ਕਿਸਮਤ ਲੋਕਾਂ ਨੂੰ ਆਉਂਦਾ। ਮੈਂ ਕਹਿੰਦਾ ਧਰਤੀ ਬੜੀ ਭਾਗਾਂ ਵਾਲੀ ਹੈ, ਇਹ ਕੋਲਡ ਸਟੋਰੀ ਦੀ ਹਰਿੰਦਰਾ ਦੀ ਬੜੀ ਭਾਗਾਂ ਵਾਲੀ ਧਰਤੀ ਹੈ ਜਿੱਥੇ ਤੁਸੀਂ ਬੈਠੇ ਹੋ ਔਰ ਗੁਰੂ ਸਾਹਿਬ ਦੀ ਗੋਦ 'ਚ ਬੈਠ ਕੇ ਸਾਰਾ ਸਮਾਗਮ ਵੇਖ ਰਹੇ ਹੋ। ਬਹੁਤ ਖੁਸ਼ੀ ਦੀ ਗੱਲ ਹੈ, ਸਤਿਕਾਰਯੋਗ ਸਿੰਘ ਸਾਹਿਬ ਉਚੇਚੇ ਤੌਰ 'ਤੇ ਸ਼ਾਮਿਲ ਹੋਏ ਦਰਬਾਰ ਸਾਹਿਬ ਦੇ, ਜਿੱਥੇ ਹਜ਼ੂਰੀ ਰਾਗੀ ਭਾਈ ਸਾਹਿਬ ਪਰਵਿੰਦਰ ਸਿੰਘ ਜੀ ਹੋਰਾਂ ਨੇ ਆਉਣਾ ਹੈ। ਉੱਥੇ ਮੈਂ ਬੇਨਤੀ ਕਰਾਂ ਨਾਲ ਨਾਲ ਸਤਿਕਾਰਯੋਗ ਗਿਆਨੀ ਬੰਤਾ ਸਿੰਘ ਜੀ, ਬੜੀ ਨਦਰੇ ਰਹਿਮਤ ਉਹਨਾਂ 'ਤੇ, ਸੰਤ ਗਿਆਨੀ ਬੰਤਾ ਸਿੰਘ ਜੀ ਹੋਰਾਂ 'ਤੇ। ਜਦੋਂ ਉਹ ਕੁਛ ਗੁਰਮਤ ਵਿਚਾਰਾਂ ਦੀ ਸਾਂਝ ਕਰਦੇ ਨੇ ਨਾ, ਉਹ ਆਪਣੀ ਮਿਸਾਲ ਆਪ ਹੀ ਨੇ। ਗੁਰੂ ਕਿਰਪਾ ਕਰਨ, ਉਹਨਾਂ ਨੇ ਵੀ ਵਿਚਾਰਾਂ ਦੀ ਸਾਂਝ ਕਰਨੀ ਹੈ। ਔਰ ਬਾਬਾ ਬਿਧੀ ਚੰਦ ਸਾਹਿਬ ਦੀ ਉਹ ਅੰਸ਼ ਵੰਸ਼ ਨੇ, ਬੜੀ ਨਦਰੇ ਰਹਿਮਤ ਹੈ। ਸਤਿਕਾਰਯੋਗ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਵੱਲੋਂ, ਵਿਸ਼ੇਸ਼ ਕਰਕੇ ਗਿਆਨੀ ਜੀਵਾ ਸਿੰਘ ਜੀ ਹੋਰਾਂ ਨੇ ਹਾਜ਼ਰੀ ਭਰੀ ਹੈ। ਉਹਨਾਂ ਨੂੰ ਵੀ ਜੀ ਆਇਆਂ ਆਖਦਾ, ਜਥੇ ਸਮੇਤ ਹਾਜ਼ਰ ਹੋਏ ਨੇ, ਸਤਿਕਾਰ ਦਿੰਦਾ। ਔਰ ਸਿੰਘ ਸਾਹਿਬ ਜੀ ਨੇ ਬੜਾ ਉਚੇਚਾ ਜ਼ਿਕਰ ਕੀਤਾ, ਬੜੀ ਸਤਿਕਾਰ ਹਸਤੀ ਸਤਿਕਾਰਯੋਗ ਬਾਬਾ ਜਸਪਾਲ ਸਿੰਘ ਜੀ ਨਿਰਮਲ ਕੁਟੀਆ ਜੜੋਂ ਵਾਲੇ ਮਹਾਂਪੁਰਸ਼ਾਂ ਦਾ, ਉਹ ਵੀ ਹਾਜ਼ਰ ਹੋਏ ਨੇ, ਜੀ ਆਇਆਂ ਆਖਦਾ, ਸਤਿਕਾਰ ਦਿੰਦਾ। ਔਰ ਸਾਡਾ ਬੜਾ ਹੀ ਪਿਆਰਾ ਜਥਾ ਭਾਈ ਸਾਹਿਬ ਭਾਈ ਮਨਜਿੰਦਰ ਸਿੰਘ ਜੀ ਰਾਏਪੁਰ ਵਾਲੇ, ਉਹ ਵੀ ਸੰਗਤ ਵਿੱਚ ਬੈਠੇ ਨੇ, ਜਿਨ੍ਹਾਂ ਨੇ ਕੀਰਤਨ ਦੀ ਸੇਵਾ ਕਰਨੀ। ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਉਹ ਸਜਣਗੇ। ਤੁੰਦ ਜਗ ਚਾਨਣ ਹੋਆ, 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 ਜਗ ਚਾਨਣ ਹੋਆ, ਮਿੱਟੀ ਤੁੰਦ ਜਗ ਚਾਨਣ ਹੋਆ, ਤੁੰਦ ਜਗ ਚਾਨਣ ਹੋਆ, ਤੁੰਦ ਜਗ ਚਾਨਣ ਹੋਆ, ਤੁੰਦ ਜਗ ਚਾਨਣ ਹੋਆ, ਮਿੱਟੀ ਤੁੰਦ ਜਗ ਚਾਨਣ ਹੋਆ, ਤੁੰਦ ਜਗ ਚਾਨਣ ਹੋਆ, ਜਗ ਚਾਨਣ ਹੋਆ, ਮਿੱਟੀ ਤੁੰਦ ਜਗ ਚਾਨਣ ਹੋਆ, ਤੁੰਦ ਜਗ ਚਾਨਣ ਹੋਆ, ਮਿੱਟੀ ਤੁੰਦ ਜਗ ਚਾਨਣ ਹੋਆ, ਸਤਿਗੁਰ ਨਾਨਕ ਪ੍ਰਗਟਿਆ, 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 ਤੁੰਦ ਜਗ ਚਾਨਣ ਹੋਆ, ਤੁੰਦ ਜਗ ਚਾਨਣ ਹੋਆ, ਤੁੰਦ ਜਗ ਚਾਨਣ ਹੋਆ,
ਧੁੰਦ ਜਗ ਚਾਨਣ ਹੋਆ, ਧੁੰਦ ਜਗ ਚਾਨਣ ਹੋਆ, ਧੁੰਦ ਜਗ ਚਾਨਣ ਹੋਆ, ਧੁੰਦ ਜਗ ਚਾਨਣ ਹੋਆ, ਧੁੰਦ ਜਗ ਚਾਨਣ ਹੋਆ, ਧੁੰਦ ਜਗ ਚਾਨਣ ਹੋਆ, ਧੁੰਦ ਜਗ ਚਾਨਣ ਹੋਆ, ਧੁੰਦ ਜਗ ਚਾਨਣ ਧਿਆਨ ਕਿਛ ਕਰਮ ਨ ਜਾਣਾ, ਸਾਰ ਨ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ, ਦਿਲ ਗੱਲ ਰਾਖੀ ਮੇਰੀ। ਗਿਆਨ ਧਿਆਨ ਕਿਛ ਕਰਮ ਨ ਜਾਣਾ, ਸਾਰ ਨ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਪਰਮ ਸਤਿਕਾਰ ਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ, ਸਤਿਗੁਰਾਂ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਵਿੱਚ ਵਿਰਾਜਮਾਨ ਗੁਰੂ ਰੂਪ ਗੁਰੂ ਖਾਲਸਾ ਸਾਹਿਬ ਸਿੰਘ ਜੀ, ਸਤਿਗੁਰਾਂ ਦੀ ਬਖਸ਼ਿਸ਼ ਦੁਹਰਾਈਏ, ਗੱਜ ਕੇ ਫਤਿਹ ਬੁਲਾਈਏ, ਕੋਈ ਵੀ ਰਸਨਾ ਵਾਂਝੀ ਨਾ ਰਵੇ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਪਾਰ ਬਖਸ਼ਿਸ਼ ਔਰ ਰਹਿਮਤ ਦਾ ਸਦਕਾ ਏਕ ਨੂਰ ਸੇਵਾ ਸੁਸਾਇਟੀ ਸਰਕਲ ਜੰਡੂ ਸਿੰਘਾਂ ਦੇ ਸਾਰੇ ਪ੍ਰਬੰਧਕਾਂ ਵੱਲੋਂ, ਇਲਾਕੇ ਦੀ ਸੰਗਤ ਵੱਲੋਂ ਮਹਾਨ ਗੁਰਮਤਿ ਸਮਾਗਮ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਤਿਨ੍ਹਾਂ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਇਆ ਜਾ ਰਿਹਾ, ਜਿਸ ਵਿੱਚ ਪੰਥ ਦੀਆਂ ਮਹਾਨ ਸ਼ਖਸੀਅਤਾਂ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਹਾਜ਼ਰੀ ਭਰ ਰਹੀਆਂ ਨੇ। ਸ਼੍ਰੀ ਕੇਸਗੜ੍ਹ ਸਾਹਿਬ ਜੀ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਜੀ, ਜਿਨ੍ਹਾਂ ਨੇ ਰਹਿਰਾਜ ਸਾਹਿਬ ਜੀ ਦੇ ਜਾਪ ਉਪਰੰਤ ਆਪ ਜੀ ਦੇ ਨਾਲ ਵਿਚਾਰਾਂ ਦੀ ਸਾਂਝ ਕੀਤੀ, ਸੋ ਆਓ ਜਿਤਨਾ ਸਮਾਂ ਮਹਾਰਾਜ ਬਖਸ਼ਦੇ ਹੈ। ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਤੋਂ ਭਾਈ ਸਾਹਿਬ ਭਾਈ ਰਵਿੰਦਰ ਸਿੰਘ ਜੀ, ਉਹਨਾਂ ਨੇ ਹਾਜ਼ਰੀ ਭਰਨੀ ਹੈ। ਉਹਨਾਂ ਦੇ ਆਉਣ ਤੱਕ ਆਪਾਂ ਬੜੇ ਪਿਆਰ ਵਿੱਚ ਮਹਾਰਾਜ ਜੀ ਦੇ ਪਾਵਨ ਬਚਨਾਂ ਨੂੰ ਸਰਵਣ ਕਰਨ ਦਾ ਯਤਨ ਕਰੀਏ। ਭਾਈ ਸਾਹਿਬ ਭਾਈ ਗੁਰਦਾਸ ਜੀ, ਜਿਨ੍ਹਾਂ ਦਾ ਪਾਵਨ ਬਚਨ ਸਿੰਘ ਸਾਹਿਬ ਜੀ ਆਪ ਜੀ ਦੇ ਨਾਲ ਸਾਂਝਾ ਕਰ ਰਹੇ ਸਨ ਕਿ ਗੁਰੂ ਨਾਨਕ ਮਹਾਰਾਜ ਜੀ ਦੇ ਆਉਣ ਤੋਂ ਪਹਿਲਾਂ ਇਸ ਸੰਸਾਰ ਦੀ ਹਾਲਾਤ, ਇਸ ਸੰਸਾਰ ਦਾ ਜੋ ਦੁਰਦਸ਼ਾ ਹੋਈ ਹੈ, ਗੁਰੂ ਸਾਹਿਬ ਨੇ ਕਿਵੇਂ ਉਸ ਧਰਮੀ ਲੋਕਾਂ ਨੂੰ ਧਰਮ ਨਾਲ ਜੋੜਿਆ। ਭਾਈ ਸਾਹਿਬ ਜੀ ਮਹਾਰਾਜ ਜੀ ਦੇ ਆਗਮਨ ਨੂੰ ਲੈ ਕੇ ਬੜਾ ਪਿਆਰਾ ਬਚਨ ਕਰਦੇ ਆ। ਸਤਿਗੁਰ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਆ। ਕੱਤਕ ਦੀ ਪੂਰਨਮਾਸ਼ੀ ਰਾਤ ਦਾ ਸਮਾਂ, ਪਿਤਾ ਸ਼੍ਰੀ ਕਲਿਆਣ ਚੰਦ ਮਹਿਤਾ ਜੀ 25 ਪਿੰਡਾਂ ਦੇ ਚੌਧਰੀ, ਮਾਂ ਤ੍ਰਿਪਤਾ ਦੇਵੀ ਜੀ ਦੀ ਪਾਵਨ ਕੁੱਖ ਨੂੰ ਭਾਗ ਲੱਗੇ, ਰਾਏ ਭੋਏ ਦੀ ਤਲਵੰਡੀ, ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਆਗਮਨ ਪ੍ਰਕਾਸ਼ ਹੋਇਆ। ਔਰ ਇਸ ਸੰਸਾਰ ਤੇ ਜਦੋਂ ਗੁਰੂ ਸਾਹਿਬ ਜੀ ਪ੍ਰਗਟ ਹੋਏ, ਸਭ ਤੋਂ ਪਹਿਲੇ ਦੀਦਾਰ ਉਹ ਕਰਮਾਂ ਵਾਲੀ ਦੌਲਤਾਂ ਦਾਈ ਹੈ ਜਿਹਦੇ ਹੱਥਾਂ ਵਿੱਚ ਮਹਾਰਾਜ ਦਾ ਪ੍ਰਕਾਸ਼ ਹੁੰਦਾ ਹੈ।
ਹਮੇਸ਼ਾ ਬੇਨਤੀ ਕਰੀਦੀ ਹੈ। ਆਪ ਸਰਬੱਤ ਸੰਗਤਾਂ ਦੇ ਚਰਨਾਂ 'ਚ ਵੀ ਬੇਨਤੀ ਹੈ ਕਿ ਜਦੋਂ ਵੀ ਗੁਰੂ ਸਾਹਿਬਾਨਾਂ ਦਾ ਅਵਤਾਰ ਪੁਰਬ ਪ੍ਰਕਾਸ਼ ਦਿਹਾੜਾ ਮਨਾਈਏ, ਸਾਡੀ ਰਸਨਾ ਦੇ ਵਿੱਚੋਂ ਇਹ ਵਚਨ ਨਹੀਂ ਨਿਕਲਣਾ ਚਾਹੀਦਾ ਵੀ ਅਸੀਂ ਮਹਾਰਾਜ ਦਾ ਜਨਮ ਦਿਹਾੜਾ ਮਨਾ ਰਹੇ, ਕਿਉਂਕਿ ਗੁਰਬਾਣੀ ਦਾ ਪਾਵਨ ਵਚਨ ਹੈ ਜਨਮ ਮਰਨ ਦੋਹੋਂ ਮੈਂ ਨਾਹੀਂ, ਜਨ ਪਰ ਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ ਹਰ ਸਿਉ ਲੈਣ। ਪਰਮੇਸ਼ਰ ਜਾਂ ਪਰਮੇਸ਼ਰ ਦੇ ਪਿਆਰੇ ਨਾ ਜੰਮਦੇ ਨੇ ਨਾ ਮਰਦੇ ਨੇ। ਜਿਹੜਾ ਭਾਈ ਸਾਹਿਬ ਜੀ ਦਾ ਇਹ ਬਚਨ ਹੈ ਸਤਿਗੁਰ ਨਾਨਕ ਪ੍ਰਗਟਿਆ, ਇਹਦੇ ਵਿੱਚ ਪਾਵਨ ਬਚਨ ਦੋ ਵਾਰੀ ਪ੍ਰਗਟਿਆ ਸ਼ਬਦ ਨਾਲ ਸੰਬੋਧਨ ਕੀਤਾ ਹੈ। ਕਿਉਂਕਿ ਜਿਹੜਾ ਇਨਸਾਨ ਧਰਤੀ ਤੇ ਜਨਮ ਲੈਂਦਾ ਹੈ ਉਹਦੀ ਮੌਤ ਵੀ ਨਿਸ਼ਚਿਤ ਹੈ, ਉਹ ਮਰੇਗਾ ਵੀ। ਪਰ ਅਸੀਂ ਕਦੇ ਇਹ ਤਾਂ ਨਹੀਂ ਨਾ ਕਹਿ ਸਕਦੇ ਗੁਰੂ ਨਾਨਕ ਮਹਾਰਾਜ ਸੀ, ਅਸੀਂ ਕਹਿੰਦੇ ਉਹ ਅੱਜ ਵੀ ਹਨ ਸਾਡੇ ਵਿੱਚ ਨੇ। ਇਹ ਨਹੀਂ ਕਿਹਾ ਜਾ ਸਕਦਾ ਵੀ ਦਸਵੇਂ ਪਾਤਸ਼ਾਹ ਸੀ, ਅਸੀਂ ਕਹਿੰਦੇ ਅੱਜ ਵੀ ਵਿੱਚ ਨੇ, ਨਾ ਜੰਮਦੇ ਨੇ ਨਾ ਮਰਦੇ ਨੇ। ਸਤਿਯੁਗ ਤੈ ਮਾਣਿਓ ਛਲਿਓ ਬਲ ਬਾਵਨ ਪਾਇਓ, ਤ੍ਰੇਤੇ ਤੈ ਮਾਣਿਓ ਰਾਮ ਰਘੁਵੰਸ਼ ਕਹਾਇਓ, ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਿਰਤਾਰਥ ਕੀਓ, ਉਗਰ ਸੈਨ ਕੋ ਰਾਜ ਅਪੈ ਭਗਤਾਂ ਜਨ ਦੀਓ, ਕਲਯੁਗ ਪ੍ਰਮਾਣ ਨਾਨਕ ਗੁਰ ਅੰਗਦ ਅਮਰ ਕਹਾਇਓ। ਗੁਰਬਾਣੀ ਦਾ ਪਾਵਨ ਬਚਨ ਹੈ, ਵੱਖ ਵੱਖ ਯੁੱਗਾਂ ਦੇ ਅੰਦਰ ਵੱਖ ਵੱਖ ਅਵਤਾਰਾਂ ਨੇ ਪ੍ਰਕਾਸ਼ ਲਿਆ। ਆਓ ਮੈਂ ਸਮੇਂ 'ਚ ਰਵਾਂ, ਧੰਨ ਭਾਈ ਗੁਰਦਾਸ ਸਾਹਿਬ ਜੀ ਤਿੰਨਾਂ ਦਾ ਪਾਵਨ ਬਚਨ ਵਿਚਾਰ ਕੇ ਆਪਾਂ ਸਮਾਪਤੀ ਕਰਾਂਗੇ। ਪ੍ਰਭਾਤ ਫੇਰੀਆਂ 'ਤੇ ਵੀ ਪੜ੍ਹੀਦਾ ਹੈ, ਆਮ ਵੀ ਅਸੀਂ ਕਈ ਵਾਰੀ ਗੁਰੂ ਘਰਾਂ 'ਚ ਪੜ੍ਹਦੇ ਹਾਂ। ਮਿੱਟੀ ਸ਼ਬਦ ਨਹੀਂ ਬੋਲਣਾ, ਇੱਥੇ ਬਚਨ ਹੈ ਮਿੱਟੀ ਧੁੰਦ ਜਗ ਚਾਨਣ ਹੋਆ। ਜਦੋਂ ਗੁਰੂ ਨਾਨਕ ਮਹਾਰਾਜ ਜੀ ਦੀ ਸੋਚ ਨੇ ਇਸ ਸੰਸਾਰ ਦੇ ਵਿੱਚ ਨਵੀਂ ਕ੍ਰਾਂਤੀ ਲਿਆਂਦੀ, ਵਿਸ਼ਿਆਂ ਬੇਕਾਰਾਂ ਦੀ ਕਰਮ ਕਾਂਡ ਦੀ ਧੁੰਦ ਜਿਹੜੀ ਦੁਨੀਆਂ ਦੇ ਉੱਤੇ ਛਾਈ ਹੋਈ ਸੀ ਉਹ ਮਿਟ ਗਈ ਹੈ। ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ, ਜਿਵੇਂ ਰਾਤ ਤੋਂ ਬਾਅਦ ਦਿਨ ਚੜ੍ਹਦਾ ਹੈ ਸੂਰਜ ਨਿਕਲਦਾ ਹੈ, ਸੂਰਜ ਨਿਕਲਣ ਦੇ ਨਾਲ ਤਾਰੇ ਛਿਪ ਜਾਂਦੇ ਨੇ, ਹਨੇਰਾ ਖਤਮ ਹੋ ਜਾਂਦਾ ਹੈ। ਇਸੇ ਤਰ੍ਹਾਂ ਜਦੋਂ ਸੱਚ ਦਾ ਸੂਰਜ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਸੰਸਾਰ ਵਿੱਚ ਪ੍ਰਗਟ ਕੀਤਾ, ਸੱਚ ਦੀ ਗੱਲ ਕੀਤੀ, ਵਿਸ਼ਿਆਂ ਬੇਕਾਰਾਂ ਦੀ ਕਰਮ ਕਾਂਡਾਂ ਦੀ ਧੁੰਦ ਮਿੱਟੀ, ਜਿਵੇਂ ਸੂਰਜ ਚੜ੍ਹਨ ਦੇ ਨਾਲ ਤਾਰੇ ਤੇ ਹਨੇਰਾ ਖਤਮ ਹੋ ਜਾਂਦਾ ਹੈ, ਇੱਦਾਂ ਹੀ ਗੁਰੂ ਨਾਨਕ ਮਹਾਰਾਜ ਜੀ ਦੀ ਸੋਚ ਦੇ ਨਾਲ ਮਾੜੀ ਸੋਚ ਦੁਨੀਆਂ ਦੀ ਕਰਮ ਕਾਂਡ ਤੇ ਪਾਖੰਡ ਮਿਟ ਗਏ ਨੇ ਤੇ ਸੂਰਜ ਵਾਂਗ ਮਹਾਰਾਜ ਜੀ ਦਾ ਨਾਮ ਧਰਤੀ ਤੇ ਚਮਕਿਆ ਹੈ। ਸਿੰਘ ਬੁਕੇ ਮਿਰਗਾਵਲੀ ਪੰਨੀ ਜਾਏ ਨਾ ਧੀਰ ਤਰੋਆ, ਜਿਵੇਂ ਕਿਸੇ ਜੰਗਲ ਵਿੱਚ ਕੋਈ ਸ਼ੇਰ ਗਰਜਦਾ ਹੈ ਤੇ ਜਿੰਨੇ ਹਿਰਨਾਂ ਦੀਆਂ ਤੇ ਮਿਰਗਾਵਲੀ ਦੀਆਂ ਡਾਰਾਂ ਨੇ, ਸ਼ੇਰ ਦੇ ਗਰਜਣ ਨਾਲ ਸਾਰੀਆਂ ਡਾਰਾਂ ਭੱਜ ਜਾਂਦੀਆਂ ਨੇ, ਸਾਰੇ ਜਾਨਵਰ ਛਿਪ ਜਾਂਦੇ ਨੇ। ਇਹ ਤਾਂ ਮਹਾਰਾਜ ਜੀ ਦੀ ਸੱਚ ਦੀ ਬੜਕ ਦੇ ਨਾਲ, ਸੱਚ ਦੀ ਗਰਜ ਦੇ ਨਾਲ ਪਖੰਡੀ ਤੇ ਪਖੰਡ ਦੌੜ ਕੇ ਛਿਪ ਗਏ ਨੇ। ਜਿੱਥੇ ਬਾਬਾ ਪੈਰ ਤਰੇ
ਦੂਜਾ ਆਸਣ ਥਾਪਣ ਸੋਆ। ਸੰਸਾਰ ਦੇ ਵਿੱਚ ਜਿੱਥੇ ਵੀ ਮਹਾਰਾਜ ਜੀ ਵਿਚਰੇ, ਜਿੱਥੇ ਵੀ ਮਹਾਰਾਜ ਨੇ ਆਪਣੇ ਪਾਵਨ ਚਰਨ ਪਾਏ, ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜ। ਜਿੱਥੇ ਵੀ ਮਹਾਰਾਜ ਜੀ ਚਰਨ ਪਾਉਂਦੇ ਨੇ, ਜਿੱਥੇ ਵੀ ਜਾ ਕੇ ਆਸਣ ਲਾਉਂਦੇ ਨੇ, ਉੱਥੇ ਅਕਾਲ ਪੁਰਖ ਦੀ ਪੂਜਾ ਦੇ ਨਾਲ, ਅਕਾਲ ਪੁਰਖ ਦੇ ਨਾਮ ਦੇ ਨਾਲ ਟੁੱਟੀਆਂ ਸੰਗਤਾਂ ਨੂੰ ਜੋੜ ਰਹੇ ਨੇ। ਸਿੱਧੇ ਆਸਣ ਸਭ ਜਗਤ ਦੇ, ਨਾਨਕ ਆਦ ਮਤੇ ਦੇ ਕੋਆ। ਜਿੰਨੇ ਵੱਡੇ ਵੱਡੇ ਦੁਨੀਆਂ ਦੇ ਅਸਥਾਨ ਸਨ, ਜਦੋਂ ਗੁਰੂ ਨਾਨਕ ਮਹਾਰਾਜ ਜੀ ਉਹਨਾਂ ਅਸਥਾਨਾਂ ਤੇ ਪਹੁੰਚੇ, ਉਹਨਾਂ ਅਸਥਾਨਾਂ ਤੋਂ ਵੀ ਧੰਨ ਗੁਰੂ ਨਾਨਕ, ਨਾਨਕ ਪਾਤਸ਼ਾਹ ਦੀ ਆਵਾਜ਼ ਆਉਂਦੀ ਹੈ, ਘਰ ਘਰ ਅੰਦਰ ਧਰਮ ਸਾ ਹੋਵੇ ਕੀਰਤਨ ਸਦਾ ਵਿਸੋਆ। ਘਰ ਘਰ ਦੇ ਵਿੱਚੋਂ ਗੁਰੂ ਦੀ ਕੀਰਤੀ, ਗੁਰੂ ਦੀ ਵਡਿਆਈ, ਗੁਰੂ ਦੇ ਨਾਮ ਦੀ ਆਵਾਜ਼ ਮਹਾਰਾਜ ਜੀ ਨੇ ਪਹੁੰਚਾਈ। ਘਰ ਘਰ ਅੰਦਰ ਧਰਮਸਾਲ ਹੋਵੇ ਕੀਰਤਨ ਸਦਾ ਵਸੋਆ, ਤੇ ਘਰ ਘਰ ਵਿੱਚੋਂ ਉਸ ਅਕਾਲ ਪੁਰਖ ਦੀ ਕੀਰਤੀ ਦੀ ਆਵਾਜ਼ ਆਉਂਦੀ ਹੈ। ਬਾਬੇ ਤਾਰੇ ਚਾਰ ਚੱਕ ਨਾਉ ਖੰਡ ਪ੍ਰਿਥਵੀ ਸੱਚਾ ਢੋਆ। ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਚਾਰ ਉਦਾਸੀਆਂ ਕੀਤੀਆਂ, ਚਾਰੇ ਦਿਸ਼ਾਵਾਂ ਨੂੰ ਤਾਰਿਆ। ਨੌ ਖੰਡ ਪ੍ਰਿਥਵੀ ਸੱਚਾ ਢੋਆ, ਨੌ ਖੰਡ ਤੇ ਸਾਰੀ ਪ੍ਰਿਥਵੀ ਉਸ ਅਕਾਲ ਪੁਰਖ ਪਾਤਸ਼ਾਹ ਨੇ, ਧੰਨ ਗੁਰੂ ਨਾਨਕ ਮਹਾਰਾਜ ਨੇ ਸੱਚ ਨਾਲ ਜੋੜੀ ਹੈ। ਗੁਰਮੁਖ ਕਲ ਵਿੱਚ ਪ੍ਰਗਟ ਹੋਆ। ਕਲਯੁਗ ਦੇ ਅੰਦਰ ਐਸੇ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਨਾਮ ਸੱਚ ਵਜੋਂ ਜਾਣਿਆ ਗਿਆ, ਪ੍ਰਗਟ ਹੋਇਆ, ਤੇ ਮਹਾਰਾਜ ਜੀ ਨੇ ਇਸ ਧਰਤੀ ਤੇ ਆ ਕੇ ਕਾਰਜ ਕੀ ਕੀਤਾ ਹੈ। ਆਉਣ ਵਾਲੇ ਜਥਿਆਂ ਪਾਸੋਂ ਆਪ ਜੀ ਨੇ ਬੜੇ ਪਿਆਰ ਨਾਲ ਸਰਵਣ ਕਰਨਾ ਜੀ। ਭਾਈ ਗੁਰਦਾਸ ਜੀ ਪਾਵਨ ਬਚਨ ਕਰਦੇ ਨੇ, ਪੜਿਓ, ਉਪਰੰਤ ਸਮਾਪਤੀ। ਕਲ ਤਰਨ ਗੁਰੂ ਨਾਨਕ ਆਇਆ, 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 ਕਲ ਤਾਰਨ 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 ਗੁਰੂ ਨਾਨਕ ਆਇਆ। ਗੁਰੂ ਨਾਨਕ ਪਏ ਅਵਤਾਰ ਵਿੱਚ ਕਲ ਯੁਗ ਦੇ, ਵਿੱਚ ਕਲ ਯੁਗ ਦੇ, ਗੁਰੂ ਨਾਨਕ ਪਏ ਅਵਤਾਰ ਵਿੱਚ ਕਲ ਯੁਗ ਦੇ, ਵਿੱਚ ਕਲ ਯੁਗ ਦੇ, ਗੁਰੂ ਨਾਨਕ ਪਏ ਅਵਤਾਰ ਵਿੱਚ ਕਲ ਯੁਗ ਦੇ, ਵਿੱਚ ਕਲ ਯੁਗ ਦੇ, ਗੁਰੂ ਨਾਨਕ ਪਏ ਅਵਤਾਰ ਵਿੱਚ ਕਲ ਯੁਗ ਦੇ, ਵਿੱਚ ਕਲ ਯੁਗ ਦੇ, ਗੁਰੂ ਨਾਨਕ ਪਏ ਅਵਤਾਰ ਵਿੱਚ ਕਲ ਯੁਗ ਦੇ, ਵਿੱਚ ਕਲ ਯੁਗ ਦੇ, ਗੁਰੂ ਨਾਨਕ ਪਏ ਅਵਤਾਰ ਵਿੱਚ ਕਲ ਯੁਗ ਦੇ, ਵਿੱਚ ਕਲ ਯੁਗ ਦੇ। ਆਪ ਨਾਰਾਇਣ ਕਲਾ ਤਾਰ ਜਗ ਮੈਂ ਪਰਵਰਿਓ,
ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਆਉਣ ਵਾਲਾ ਸਮਾਂ ਬੜੇ ਪਿਆਰ ਸਤਿਕਾਰ ਦੇ ਨਾਲ ਗਿਆਨੀ ਭਗਵਾਨ ਸਿੰਘ ਜੀ ਜੋਲ ਇਹਨਾਂ ਪਾਸੋਂ ਸਰਵਣ ਕਰੋ ਜੀ। ਸਮੂਹ ਸੰਗਤਾਂ ਦਾ, ਸਮੂਹ ਪ੍ਰਬੰਧਕ ਜਨਾਂ ਦਾ, ਏਕ ਨੂਰ ਸੇਵਾ ਸੁਸਾਇਟੀ ਸਰਕਲ ਜੰਡੂ ਸਿੰਘਾਂ ਦੇ ਸਾਰੇ ਪ੍ਰਬੰਧਕਾਂ ਦਾ, ਆਏ ਹੋਏ ਮਹਾਂਪੁਰਸ਼ਾਂ ਦਾ, ਆਏ ਹੋਏ ਜਥਿਆਂ ਦਾ ਧੰਨਵਾਦ। ਫਤਿਹ ਬੁਲਾਓ ਜੀ, ਕੋਈ ਰਸਨਾ ਵਾਂਝੀ ਨਾ ਰਵੇ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨਾਨਕ ਦੁਨੀਆ ਕੈਸੀ ਹੋਈ, ਸਾਲਕ ਮਿੱਤ ਨਾ ਰਹਿਓ ਕੋਈ, ਭਾਈ ਬੰਦੀ ਹਿੱਤ ਚੁਕਾਇਆ, ਦੁਨੀਆ ਕਾਰਨ ਦੀਨ ਗਵਾਇਆ। ਅਸੀਂ ਕਈ ਵਾਰ ਨਾ ਧਰਮ ਦੀ ਦੁਨੀਆ ਤੋਂ ਸੰਸਾਰ ਪਿੱਛੇ ਲੱਗ ਕੇ ਬਹੁਤ ਦੂਰ ਚਲੇ ਜਾਂਦੇ ਹਾਂ। ਕਦੇ ਤੁਸੀਂ ਗੁਰੂ ਬਾਬਾ ਜੀ ਦਾ ਜੀਵਨ ਪੜ੍ਹੋਗੇ, ਧੰਨ ਗੁਰੂ ਨਾਨਕ ਸਾਹਿਬ ਜਿਸ ਸਥਾਨ 'ਤੇ ਵੀ ਗਏ, ਚਾਰ ਉਦਾਸੀਆਂ ਦਾ ਜੇ ਜ਼ਿਕਰ ਕਰਾਂਗੇ ਨਾ, ਸਨਮਾਨ ਦਿੱਤਾ ਗਿਆ, ਸ਼ੁਕਰਗੁਜ਼ਾਰ ਹਾਂ ਜੀ ਭਾਈ ਸਾਹਿਬ ਹੋਰਾਂ ਨੂੰ। ਮੈਂ ਬੇਨਤੀ ਕਰ ਰਿਹਾ ਸਾਂ, ਚਾਰ ਉਦਾਸੀਆਂ ਦਾ ਜਦੋਂ ਅਸੀਂ ਜ਼ਿਕਰ ਕਦੇ ਪੜ੍ਹਦੇ ਹਾਂ ਨਾ, ਘੰਟਿਆਂਬੰਦੀ ਲੱਗ ਜਾਂਦੇ ਨੇ। 38,000 ਕਿਲੋਮੀਟਰ ਦਾ ਪੈਂਡਾ ਹੈ ਜਿੱਥੇ ਗੁਰੂ ਬਾਬਾ ਜੀ ਨੇ ਸੰਸਾਰ ਦਾ ਭਰਮਣ ਕੀਤਾ, ਅਤੇ ਲਗਭਗ ਦੁਨੀਆ ਦੇ 5-6 ਦਰਜਨ ਦੇਸ਼ ਨੇ ਜਿਨ੍ਹਾਂ ਦੇਸ਼ਾਂ ਵਿੱਚ ਗੁਰੂ ਬਾਬਾ ਜੀ ਨੇ ਸੰਸਾਰ ਨੂੰ ਉਤਾਰਿਆ। ਔਰ ਜਿੱਥੇ ਵੀ ਗਏ, ਆ ਜਿਵੇਂ ਤੁਸੀਂ ਹੁਣ ਬੈਠੇ ਹੋ ਨਾ, ਬਹੁਤ ਸਾਰੇ ਦਸਤਾਰਾਂ ਵਾਲੇ ਮੇਰੇ ਵੀਰ, ਇੱਕ ਵੀ ਸਿੱਖ ਨਹੀਂ ਸੀ, ਇੱਕ ਵੀ ਸਿੱਖ ਨਹੀਂ ਸੀ ਜਿੱਥੇ ਜਾ ਕੇ ਗਏ ਗੁਰੂ ਬਾਬਾ ਜੀ, ਕਿਉਂਕਿ ਉਹਨਾਂ ਨੇ ਸਿੱਖੀ ਨੂੰ ਪੈਦਾ ਕੀਤਾ, ਸ਼ਬਦ ਦਾ ਆਗਾਜ਼ ਕੀਤਾ, ਡਾਇਲੋਗ ਜਿਹਨੂੰ ਅੰਗਰੇਜ਼ੀ ਵਾਲੇ ਕਹਿੰਦੇ ਨੇ, ਸ਼ਬਦ ਜਿਹਨੂੰ ਤੁਸੀਂ ਜਿਸ ਦੇ ਲੜ ਲਾਇਆ, ਸ਼ਬਦ ਗੁਰੂ ਸੁਰਤ ਧੁਨ ਚੇਲਾ ਦੀ ਗੱਲ ਜਿਹੜੀ ਹੈ ਨਾ, ਕੇਵਲ ਗੁਰੂ ਨਾਨਕ ਸਾਹਿਬ ਜੀ ਨੇ ਆਰੰਭ ਕੀਤੀ। ਮੈਂ ਬੇਨਤੀ ਕਰਾਂ, ਤੁਸੀਂ ਗੁਰੂ ਸਾਹਿਬਾਨ ਦੇ 3 ਗੁਰਪੁਰਬ ਮਨਾਉਂਦੇ ਹੋ, ਇੱਕ ਤਾਂ ਪ੍ਰਕਾਸ਼ਪੁਰ ਮਨਾਉਂਦੇ ਹੋ, ਇੱਕ ਗੁਰਤਾ ਗੱਦੀ ਮਨਾਉਂਦੇ ਹੋ, ਇੱਕ ਗੁਰੂ ਸਾਹਿਬ ਜੀ ਦਾ ਤੀਸਰਾ ਪ੍ਰਕਾਸ਼ਪੁਰ ਜੋਤੀ ਜੋਤ ਜਵਾਉਣ ਜਾਂ ਸ਼ਹੀਦੀ ਦਿਵਸ ਮਨਾਉਂਦੇ ਹੋ, ਪਰ ਗੁਰੂ ਨਾਨਕ ਸਾਹਿਬ ਜੀ ਨੂੰ ਕੇਵਲ 2 ਹੀ ਪੁਰਬ ਨੇ, ਗੁਰਤਾ ਗੱਦੀ ਪੁਰਬ ਨਹੀਂ ਹੈ, ਕਿਉਂਕਿ ਤੁਰੋਂ ਗੱਦੀ ਲੈ ਕੇ ਆਏ ਸਨ, ਅਕਾਲ ਪੁਰਖ ਵਾਹਿਗੁਰੂ ਨੇ ਉਹਨਾਂ ਨੂੰ ਭੇਜਿਆ ਸੀ ਜਿਸ ਕਾਰਜ ਲਈ। ਸ਼੍ਰੀ ਪਵਨ ਕੁਮਾਰ ਟੀਨੂ ਜੀ, ਸੇਠ ਸਤਪਾਲ ਮੱਲ ਜੀ, ਰਾਣਾ ਰੰਧਾਵਾ ਜੀ, ਕਰਮਜੀਤ ਸਿੰਘ ਜੀ ਹੈਰ, ਪੱਪੂ ਗਾਖਲ ਜੀ, ਸਰਦਾਰ ਅਮਰਜੀਤ ਸਿੰਘ ਜੀ ਕਿਸ਼ਨਪੁਰਾ, ਸਾਰੀਆਂ ਸਤਿਕਾਰ ਹਸਤੀਆਂ ਨੂੰ ਜੀ ਆਇਆਂ ਆਖਦਾ, ਸਤਿਕਾਰ ਦਿੰਦਾ, ਤੁਸੀਂ ਅੱਜ ਦੇ ਸਮਾਗਮ ਵਿੱਚ ਹਾਜ਼ਰੀ ਭਰੀ, ਤੁਸੀਂ ਸਾਰੇ ਸਤਿਕਾਰਯੋਗ ਹੋ। ਮੈਂ ਬੇਨਤੀ ਕਰਾਂਗਾ ਬੜੇ ਅਦਬ ਅਤੇ ਸਤਿਕਾਰ ਨਾਲ, ਜਿਹੜਾ ਅਗਲਾ ਜਥਾ ਆ ਰਿਹਾ ਭਾਈ ਸਾਹਿਬ ਰਵਿੰਦਰ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ, ਉਹਨਾਂ ਨੇ ਆਪ ਜੀ ਨਾਲ ਕੀਰਤਨ ਦੀ ਸਾਂਝ ਕਰਨੀ ਹੈ। ਮੇਰੇ ਕੋਲ ਬਹੁਤੇ ਨਾਂ ਨਹੀਂ ਹੋਣਗੇ, ਜਿਹੜਾ ਨਾਂ ਕੋਈ ਆਏਗਾ ਮੈਂ ਜ਼ਰੂਰ ਸਟੇਜ ਤੋਂ ਲਵਾਂਗਾ। ਸੋ ਮੈਂ ਵਧਾਈ ਦਿੰਦਾ ਏਕ ਨੂਰ ਸੇਵਾ ਸੁਸਾਇਟੀ ਦੇ ਸਮੂਹ ਮੈਂਬਰ ਸਾਹਿਬਾਨ ਨੂੰ, ਤੁਸੀਂ ਬੜਾ ਪਿਆਰਾ ਉੱਦਮ ਕੀਤਾ ਔਰ ਪਹਿਲਾ ਉੱਦਮ ਸੀ ਤੁਹਾਡਾ, ਇਸ ਉੱਦਮ ਵਿੱਚ ਅਸੀਂ ਸਾਰੇ ਸਫਲ ਵੀ ਹੋਏ ਹਾਂ, ਔਰ ਬੜੀ ਭਾਗਾਂ ਵਾਲੀ ਧਰਤੀ ਹੈ ਜਿੱਥੇ ਸਤਿਗੁਰੂ ਦੇ ਚਰਨ ਪਏ ਨੇ ਇਸ ਸਤਿਕਾਰਤ ਕੀਰਤਨੀ ਜਥੇ। ਔਰ ਮੈਂ ਬੇਨਤੀ ਕਰਾਂ, ਮੈਂ ਹੱਥਾਂ ਵਿੱਚ ਹੀ ਆਪਣੇ ਭਾਈ ਸਾਹਿਬ ਭਾਈ ਮਨਜਿੰਦਰ ਸਿੰਘ ਜੀ ਹੋਰਾਂ ਨੂੰ ਇਹਨਾਂ ਪੌੜੀਆਂ ਨੂੰ ਚੜ੍ਹਦਿਆਂ ਹੋਇਆਂ, ਉੱਪਰ ਧਰਮ ਦੀਆਂ ਪੌੜੀਆਂ ਚੜ੍ਹਦਿਆਂ ਹੋਇਆਂ ਵੇਖਿਆ, ਔਰ ਗੁਰੂ ਦੀ ਬੜੀ ਨਜ਼ਰ ਰਹਿਮਤ ਹੈ, ਕੁਝ ਸਮੇਂ ਲਈ ਉਹਨਾਂ ਨੇ ਆਪ ਜੀ ਨਾਲ ਕੀਰਤਨ ਦੀ ਸਾਂਝ ਕੀਤੀ ਹੈ, ਪਰ ਕਿਸੇ ਅਕਹਿ ਰਸ ਵਿੱਚ ਲੈ ਗਿਆ ਥੋੜ੍ਹੇ ਸਮੇਂ ਵਿੱਚ ਹੀ। ਅਸਲ ਵਿੱਚ ਜਦੋਂ ਵੀ ਕਿਸੇ ਇਤਿਹਾਸ ਦਾ ਵਰਣਨ ਕਰਨਾ ਜਾਂ ਪਾਵਨ ਗੁਰਬਾਣੀ ਦਾ ਵਰਣਨ ਕਰਨਾ ਬੜਾ ਕਠਿਨ ਕੰਮ ਹੁੰਦਾ ਹੈ, ਪਰ ਥੋੜ੍ਹੇ ਸਮੇਂ ਵਿੱਚ ਬੜੀ ਤਰੱਕੀ ਕੀਤੀ ਹੈ। ਸਤਿਕਾਰਯੋਗ ਭਾਈ ਸਾਹਿਬ ਰਵਿੰਦਰ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ, ਜਿਨ੍ਹਾਂ ਨੂੰ ਉਚੇਚੇ ਤੌਰ 'ਤੇ ਬੁਲਾਇਆ ਗਿਆ, ਜਿਨ੍ਹਾਂ ਨੇ ਕੀਰਤਨ ਦੀ ਸਾਂਝ ਆਪ ਜੀ ਨਾਲ ਕਰਨੀ ਹੈ। ਬਹੁਤ ਸਾਰੀ ਸੰਗਤ ਨੂੰ ਪਤਾ ਹੋਣਾ ਹੈ
ਕਿ ਸਤਿਕਾਰਯੋਗ ਭਾਈ ਸਾਹਿਬ ਭਾਈ ਰਵਿੰਦਰ ਸਿੰਘ ਜੀ ਹੋਰੀ, ਜਿਸ ਅਸਲ ਵਿੱਚ ਧਰਤੀ 'ਤੇ ਮਨੁੱਖ ਜਨਮ ਲੈਂਦਾ ਨਾ, ਉਸ ਦੀ ਮਿੱਟੀ ਦੀ ਮਹਿਕ ਵੀ ਉਹਦੇ ਵਿੱਚ ਹੁੰਦੀ ਹੈ। ਤੁਸੀਂ ਵੇਖੋਗੇ ਕਈ ਵਿਦੇਸ਼ 'ਚੋਂ ਲੋਕ ਆਉਂਦੇ ਨੇ ਅਤੇ ਉਹਨਾਂ ਦਾ ਘਰ ਭਾਵੇਂ ਨਾ ਹੋਵੇ ਪਿੰਡ ਵਿੱਚ, ਗਲੀਆਂ 'ਚ ਉੱਚੀ ਉੱਚੀ ਧਾਹਾਂ ਮਾਰਦੇ ਮੈਂ ਵੇਖੇ, ਰੋਂਦੇ ਵੇਖੇ, ਇੱਥੇ ਸਾਡਾ ਘਰ ਹੁੰਦਾ ਸੀ। ਇੱਕ ਮਿੱਟੀ ਦੀ ਮਹਿਕ, ਇੱਕ ਮਿੱਟੀ ਦਾ ਮੋਹ ਹੁੰਦਾ ਹਰ ਮਨੁੱਖ ਦੇ ਵਿੱਚ ਜਿੱਥੇ ਪੈਦਾ ਹੁੰਦਾ ਮਨੁੱਖ, ਔਰ ਉਸ ਮਿੱਟੀ, ਕਿਉਂਕਿ ਜਿੱਥੋਂ ਦਾ ਅਨਾਜ ਖਾਂਦਾ, ਜਿੱਥੋਂ ਦਾ ਪਾਣੀ ਪੀਂਦਾ, ਜਿਸ ਨਾਲ ਸਰੀਰ ਮਨੁੱਖ ਦਾ ਬਣਦਾ, ਉਹਦੇ ਨਾਲ ਉਸਦਾ ਮਨੁੱਖ ਦਾ ਸਰੀਰ ਬਣਦਾ, ਅਤੇ ਉਹ ਸਰੀਰ ਬਣਿਆ ਕਰਕੇ ਉਹ ਇੱਕ ਖਿੱਚ ਹੁੰਦੀ ਹੈ। ਤੁਸੀਂ ਕਦੇ ਵੇਖੋਗੇ ਪੁੱਤਰ ਵਿਦੇਸ਼ ਵਿੱਚ ਗਿਆ ਹੋਇਆ, ਮਾਂ ਇੱਥੇ ਬੈਠੀ ਹੈ, ਮਾਂ ਅਨਪੜ੍ਹ ਆ, ਕੋਈ ਟੈਲੀਫੋਨ ਵੀ ਨਹੀਂ ਸੀ, ਆਹ ਹੁਣ ਤਾਂ ਸਾਧਨ ਬਣ ਗਿਆ, ਮੋਬਾਈਲ ਆ ਗਿਆ, ਕੋਈ ਸਾਧਨ ਨਹੀਂ ਸੀ। ਕਦੇ ਕਦੇ ਚਿੱਠੀ ਆਉਣੀ ਅਤੇ ਉਸ ਚਿੱਠੀ ਨੂੰ ਮਾਈ ਨੇ ਪੜ੍ਹਾਉਣੀ ਨਹੀਂ, ਹਿੱਕ ਨਾਲ ਲਾ ਲੈਣਾ, ਮੇਰੇ ਪੁੱਤ ਦੀ ਚਿੱਠੀ ਹੈ, ਮੈਂ ਆਪੇ ਪੜ੍ਹਾ ਲਊਂਗੀ, ਮੈਨੂੰ ਪਤਾ ਉਹ ਕੀ ਕਹਿੰਦਾ। ਇਹਨੂੰ ਕਹਿੰਦੇ ਆਂਦਰਾਂ ਦੀ ਸਾਂਝ। ਸੋ ਭਾਈ ਸਾਹਿਬ ਭਾਈ ਰਵਿੰਦਰ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਸਾਡੇ ਦੁਆਬੇ ਦੀ ਉਪਜ ਹੈ, ਔਰ ਤੁਸੀਂ ਹੈਰਾਨ ਹੋਵੋਗੇ, ਮੇਰੇ ਵੀਰ ਸਾਰੇ ਬੈਠੇ ਹੋ, ਸਤਿਕਾਰਯੋਗ ਬਾਬਾ ਜੀਵਾ ਸਿੰਘ ਜੀ ਵੀ ਬੈਠੇ ਨੇ। ਭਾਈ ਰਵਿੰਦਰ ਸਿੰਘ ਜੀ ਜਦੋਂ ਤੋਂ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਗਏ ਹਨ, ਆਮ ਜਿੱਥੇ ਕੋਈ 15 ਸਾਲ ਬਾਅਦ 10 ਸਾਲ ਬਾਅਦ ਛੱਡ ਕੇ ਤੁਰ ਪੈਂਦੇ ਨੇ, ਔਰ ਇਹ ਚੌਥਾ ਦਹਾਕਾ ਜਾਂਦਾ, ਲਗਭਗ 33-34 ਸਾਲ ਹੋ ਗਏ ਨੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਨੂੰ ਛੱਡਿਆ ਨਹੀਂ, ਲਗਾਤਾਰ ਬੜੀ ਨਦਰੇ ਰਹਿਮਤ ਹੈ ਇਹਨਾਂ 'ਤੇ, ਬਖਸ਼ਿਸ਼ ਹੈ, ਧੰਨ ਗੁਰੂ ਰਾਮਦਾਸ ਜੀ ਦੇ ਦਰ ਦਾ ਪਿਆਰ ਹੈ। ਮੈਂ ਬੇਨਤੀ ਕਰਾਂ, ਹਰ ਜੀਵਨ ਦੇ ਪਿੱਛੇ ਵੀ ਕੋਈ ਖਾਸ ਗੱਲ ਹੁੰਦੀ ਹੈ, ਹਰ ਜੀਵਨ ਦੇ ਪਿੱਛੇ ਭਾਈ ਸਾਹਿਬ ਹੋਰਾਂ ਦੇ ਸਤਿਕਾਰਯੋਗ ਪਿਤਾ ਜੀ, ਤੁਸੀਂ ਸਾਰੇ ਗੁਰਸਿੱਖ ਬੈਠੇ ਹੋ, ਪਿੰਗਲਵਾੜਾ ਸੇਵਾ ਸੁਸਾਇਟੀ ਭਗਤ ਪੂਰਨ ਸਿੰਘ ਜੀ ਨੇ ਬਣਾਈ ਜਲੰਧਰ ਵਿੱਚ, ਇਹਨਾਂ ਦੇ ਸਤਿਕਾਰਯੋਗ ਪਿਤਾ ਜੀ ਉਹਦੇ ਮੁੱਖ ਸੇਵਾਦਾਰ ਸਨ। ਇੱਥੋਂ ਪਿੰਗਲਵਾੜਾ ਸੇਵਾ ਸੁਸਾਇਟੀ ਲਈ ਬਹੁਤ ਸਾਰਾ ਅਨਾਜ ਇਕੱਠਾ ਹੋ ਕੇ ਜਾਣਾ ਅੰਮ੍ਰਿਤਸਰ ਦੀ ਪਾਵਨ ਧਰਤੀ ਨੂੰ, ਜਦੋਂ ਜਾਣਾ ਨਾ, ਬਸਤਰ ਕੱਪੜੇ ਮਾਇਆ ਜਦੋਂ ਜਾਣੀ ਅਤੇ ਉਹਨਾਂ ਨੇ ਸਾਰੀ ਬੜੀ ਇਮਾਨਦਾਰੀ ਨਾਲ ਉੱਥੇ ਜਮ੍ਹਾਂ ਕਰਵਾ ਕੇ ਆਉਣੀ। ਅਤੇ ਭਾਈ ਸਾਹਿਬ ਰਵਿੰਦਰ ਸਿੰਘ ਜੀ ਨੂੰ ਮੈਂ ਬਚਪਨ ਤੋਂ ਵੇਖਿਆ, ਇਹ ਆਪਣੇ ਰਾਗੀ ਜੱਥੇ ਦੇ ਪਿੱਛੇ ਬੈਠ ਕੇ ਖੜਤਾਲਾਂ ਬਚਾਉਂਦੇ ਹੁੰਦੇ ਸਨ, ਜਦੋਂ ਵਜਾਉਂਦੇ ਸਨ ਨਾ, ਅਤੇ ਪਿਤਾ ਜੀ ਜਦੋਂ ਇਹਨਾਂ ਦੀ ਐਜੂਕੇਸ਼ਨ ਪੂਰੀ ਹੋ ਗਈ, ਇਹਨਾਂ ਦੇ ਸਤਿਕਾਰਯੋਗ ਪਿਤਾ ਜੀ ਇਹਨਾਂ ਨੂੰ ਭਗਤ ਜੀ ਕੋਲ ਲੈ ਗਏ, ਭਗਤ ਪੂਰਨ ਸਿੰਘ ਜੀ ਪਿੰਗਲਵਾੜੇ ਵਾਲਿਆਂ ਕੋਲ, ਬੜੀ ਆਤਮਰਸੀ ਰੂਹ ਸੀ, ਉਹ ਸੇਵਾ ਦੇ ਪੁੰਜ ਸਨ। ਜਦੋਂ ਉਹਨਾਂ ਕੋਲ ਜਾ ਕੇ ਗਏ ਨਾ, ਪਤਾ ਕੀ ਆਖਣ ਲੱਗੇ, ਬੈਠੇ ਨਹੀਂ ਚੇਅਰ ਦੇ, ਬੈਠੇ ਨਹੀਂ, ਭਗਤ ਜੀ ਬੈਠੇ ਸਨ ਆਸਣ 'ਤੇ, ਬੈਠੇ ਨਹੀਂ, ਕਹਿਣ ਲੱਗੇ ਇਹ ਬੱਚਾ ਲੈ ਕੇ ਆਇਆ ਤੁਹਾਡੇ ਕੋਲ, ਇਸ ਬੱਚੇ ਨੂੰ ਦਰਬਾਰ ਸਾਹਿਬ ਦਾ ਕੀਰਤਨੀਆ ਬਣਾਉਣਾ। ਭਗਤ ਜੀ ਕਹਿਣ ਲੱਗੇ ਵੀ ਮੈਂ ਤਾਂ ਕੀਰਤਨ ਨਹੀਂ ਸਿਖਾਉਂਦਾ, ਅਤੇ ਮੇਰੇ ਕੋਲ ਤਾਂ ਸੇਵਾ ਵਾਲੀ ਸੰਗਤ ਆਉਂਦੀ ਹੈ, ਮਾਇਆ ਲੈ ਕੇ ਆਉਂਦੀ ਹੈ, ਅਨਾਜ ਲੈ ਕੇ ਆਉਂਦੀ, ਬਸਤਰ ਲੈ ਕੇ ਆਉਂਦੀ ਹੈ। ਭਗਤ ਜੀ ਨੇ ਜੋੜਾ ਨਹੀਂ ਪਾਇਆ ਪੈਰਾਂ ਵਿੱਚ, ਭਗਤ ਜੀ ਨੇ ਇਸ ਬੱਚੇ ਨੂੰ ਉਂਗਲ ਨਾਲ ਫੜਿਆ, ਉਂਗਲ ਤੋਂ ਫੜ ਕੇ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਵਿੱਚ ਲੈ ਗਏ, ਜਾ ਕੇ ਪ੍ਰਿੰਸੀਪਲ ਨੂੰ ਖੜ੍ਹੇ ਕਹਿਣ ਲੱਗੇ। ਪ੍ਰਿੰਸੀਪਲ ਸਾਹਿਬ ਕਹਿੰਦਾ ਭਗਤ ਜੀ ਤੁਸੀਂ ਚਰਨਾਂ 'ਚ ਜੋੜਾ ਵੀ ਨਹੀਂ ਪਾਇਆ, ਤੁਸੀਂ ਨੰਗੇ ਪੈਰੀਂ ਆ ਗਏ। ਕਹਿੰਦੇ ਮੈਂ ਤਦ ਆਇਆ ਇਸ ਬੱਚੇ ਨੂੰ ਦਰਬਾਰ ਸਾਹਿਬ ਦਾ ਕੀਰਤਨੀਆ ਬਣਾਉਣਾ। ਬਸ ਕਿਸੇ ਸ਼ਖਸੀਅਤ ਦੇ ਪਿੱਛੇ ਨਾ, ਐਵੇਂ ਸ਼ਖਸੀਅਤਾਂ ਨਹੀਂ ਬਣਦੀਆਂ ਦੁਨੀਆ ਵਿੱਚ। ਮੈਂ ਇੱਕ ਵਾਰੀ ਭਾਈ ਸਾਹਿਬ ਰਵਿੰਦਰ ਸੋਹਣਾ ਨੂੰ ਪੁੱਛਿਆ, ਸਧਾਰਣੀ, ਮੈਂ ਕਿਹਾ ਵੀ ਕਿੱਥੇ ਕਿੱਥੇ ਕੀਰਤਨ ਕੀਤਾ? ਕਹਿੰਦੇ ਜਿੱਥੇ ਵੀ ਸਿੱਖ ਵੱਸਦੇ ਨੇ, ਦੁਨੀਆ ਦਾ ਕੋਈ ਐਸਾ ਦੇਸ਼ ਨਹੀਂ। ਮੈਂ ਕਿਹਾ ਰਸ਼ੀਆ 'ਚ ਗਏ ਹੋ, ਚਾਈਨਾ 'ਚ ਗਏ ਹੋ? ਕਹਿੰਦੇ ਸਾਰੇ ਜਾ ਆਏ, ਕੋਈ ਦੇਸ਼ ਨਹੀਂ ਛੱਡਿਆ, ਹਰ ਦੇਸ਼ ਵਿੱਚ ਜਿੱਥੇ ਸਿੱਖਾਂ ਨੇ ਬੁਲਾਇਆ ਕੀਰਤਨ ਕੀਤਾ, ਧੰਨ ਗੁਰੂ ਰਾਮਦਾਸ ਜੀ ਦੇ ਦਰ ਤੋਂ। ਤੁਸੀਂ ਏਕ ਨੂਰ ਸੇਵਾ ਸੁਸਾਇਟੀ ਦੇ ਵੀਰ, ਮੈਨੂੰ ਸਾਰੇ ਬੜੇ ਨੌਜਵਾਨ ਚੰਗੇ ਲੱਗਦੇ ਨੇ, ਤੁਸੀਂ ਬੜਾ ਪਿਆਰਾ ਉੱਦਮ ਕੀਤਾ, ਭਾਈ ਸਾਹਿਬ ਰਵਿੰਦਰ ਸਿੰਘ ਜੀ ਹੋਰਾਂ ਨੂੰ ਵਿਸ਼ੇਸ਼ ਕਰਕੇ ਬੁਲਾਇਆ, 50 ਮਿੰਟ ਤੱਕ ਉਹਨਾਂ ਨੇ ਤੁਹਾਡੇ ਸਨਮੁੱਖ ਰਹਿਣਾ। ਵਾਹਿਗੁਰੂ।
ਵਾਹਿਗੁਰੂ। ਨਿਮਾਣਿਆ ਕੇ ਨਿਤਾਣਿਆ ਕੀਤਾ, ਨਯੋਟਿਆਂ ਕੀਓਟੇ ਨਿਆਸਰਿਆਂ ਕੇ ਆਸਰਾ, ਧਨ ਧਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ, ਧਨ ਧਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਮੈਂ ਮੂਰਖ ਕੀ ਕੇਤਕ ਬਾਤ ਹੈ, ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਦੀ ਤਰਿਆਰੇ ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਬਾਸ ਨ ਭਰਿਆ ਰੇ, ਜੇ ਤਾਂ ਸਮੁੰਦ ਸਾਗਰ ਨੀਰ ਭਰਿਆ ਤੇ ਤੇ ਔਗਣ ਹਮਾਰੇ, ਦਇਆ ਕਰੋ ਕਿਛ ਮਿਹਰ ਉਪਾਓ, ਡੁੱਬਦੇ ਪੱਥਰ ਤਾ ਜੀਅਣਾ ਅਗਨ ਬਰਾਬਰ ਤਪੈ, ਜੀਅਣਾ ਅਗਨ ਬਰਾਬਰ ਤਪੈ, ਪੀਤਰ ਵਗੈ ਕਾਤੀ ਪ੍ਰਣਵਤ ਨਾਨਕ, ਪ੍ਰਣਵਤ ਨਾਨਕ ਹੁਕਮ ਪਛਾਣ, ਪ੍ਰਣਵਤ ਨਾਨਕ ਹੁਕਮ ਪਛਾਣ, ਸੁਖ ਹੋਵੇ ਦਿਨ ਰਾਤ, ਐਸੇ ਗੁਰੂ ਬਲ ਬਲ ਜਾਈਏ, ਐਸੇ ਗੁਰ ਕੋ ਬਲ ਬਲ ਜਾਈਏ, ਐਸੇ ਗੁਰ ਕੋ ਬਲ ਬਲ
लाख
ਆਸਣ ਥਾਪਣ ਸੋਆ ਆਪੂਜਾ ਆਸਣ ਥਾਪਣ ਸੋਆ ਜਿੱਥੇ ਬਾਬਾ ਪੈਰ ਆਸਣ ਥਾਪਣ ਸੋਆ ਪੂਜਾ ਆਸਣ ਥਾਪਣ ਸੋਆ ਆਸਣ ਥਾਪਣ ਸੋਆ ਪੂਜਾ ਆਸਣ ਥਾਪਣ ਸੋਆ ਜਿੱਥੇ ਬਾਬਾ ਪੈਰ ਤਰੇ ਜਿੱਥੇ ਬਾਬਾ ਪੈਰ ਤਰੇ ਪੂਜਾ ਆਸਣ ਥਾਪਣ ਸੋਆ ਆਸਣ ਥਾਪਣ ਸੋਆ ਸਿੰਘ ਬੁਕੇ ਮਿਰਗਾਵਲੀ ਪੰਨੀ ਜਾ ਮਿਰਗਾਵਲੀ ਪੰਨੀ ਜਾਏ ਨਾ ਤੀਰਤ ਰੋਆ ਨਾ ਤੀਰਤ ਰੋਆ ਸਿੰਘ ਬੁਕੇ ਮਿਰਗਾਵਲੀ ਪੰਨੀ ਜਾਏ ਨਾ ਤੀਰਤ ਰੋਆ ਜਿੱਥੇ ਬਾਬਾ ਪੈਰ ਤਰੇ ਪੂਜਾ ਆਸਣ ਥਾਪਣ ਸੋਆ ਸਿੰਘ ਬੁਕੇ ਮਿਰਗਾਵਲੀ ਪੰਨੀ ਜਾਏ ਨਾ ਤੀਰਤ ਰੋਆ
ਆਸਣ ਥਾਪਣ ਸੋਆ ਹਾਂ ਪੂਜਾ ਆਸਣ ਥਾਪਣ ਸੋਆ ਜਿੱਥੇ ਪਾਪਾ ਪੈਰ ਧਰੇ ਜਿੱਥੇ ਪਾਪਾ ਪੈਰ ਧਰੇ ਪੂਜਾ ਆਸਣ ਥਾਪਣ ਸਣ ਥਾਪਣ ਸੋਆ ਸਭ ਜਗਤ ਦੇ ਨਾਨਕ ਯਾਦ ਮੱਤੇ ਜੇ ਕੋਆ ਸਿੱਧ ਆਸਣ ਸਭ ਜਗਤ ਦੇ ਨਾਨਕ ਯਾਦ ਮਤੇ ਜੇ ਕੋਆ ਕਰ ਕਰ ਅੰਦਰ ਧਰਮਸ਼ਾਲ ਹੋਵੇ ਕੀਰਤਨ ਸਦਾ ਵਿਸੋਆ ਹਾ ਸਭ ਜਗਤ ਦੇ ਨਾਨਕ ਯਾਦ ਮੱਤੇ ਜੇ ਕੋਆ ਕਰ ਕਰ ਅੰਦਰ ਧਰਮਸ਼ਾਹ ਹੋਵੇ ਕੀਰਤਨ ਸਦਾ ਵਸੋਆ ਜਿੱਥੇ ਪਾਪਾ ਪੈਰ ਧਰੇ ਆਸਣ ਥਾਪਣ ਸੋਆ ਜਿੱਥੇ ਪਾਪਾ ਪੈਰ ਧਰੇ ਜਿੱਥੇ ਪਾਪਾ ਪੈਰ ਧਰੇ ਪੂਜਾ ਆਸਣ ਥਾਪਣ ਸੋਆ ਹਾਂ ਪੂਜਾ ਆਸਣ ਥਾਪਣ ਸੋਆ ਸੱਚਾ ਟੋਆ
चार चक नौ खंड पृथ्वी सच्चा टोआ गुरमुख कल विच प्रगट होआ गुरमुख कल विच प्रगट होआ जिथे बाबा पैर तरे जिथे बाबा पैर तरे पूरा आसन था ਸਮਝ ਨਾ ਆਵੇ ਗੁਰਬਿਨ ਸੁਰਤ ਨਾ ਸਿੱਧ ਗੁਰੂ ਬਿਨ ਮੁਕਤ ਨਾ ਪਾਵੇ ਗੁਰ ਕਰ ਸੱਚ ਵਿਚਾਰ ਗੁਰੂ ਕਰ ਰੇ ਮਨ ਮੇਰੇ ਗੁਰ ਕਰ ਸ਼ਬਦ ਸਪੁੰਨ ਅਗਨ ਕਟਹੇ ਸਭ ਤੇਰੇ ਗੁਰ ਨੈਣ ਬੈਣ ਗੁਰ ਗੁਰ ਕਰਹੋ ਗੁਰੂ ਸਤ ਕਵ ਨਲ ਕਹਿ ਜਿਨ ਗੁਰੂ ਨਾ ਦੇਖਿਓ ਨਹੋ ਕੀਓ ਤੇ ਅਕੇ ਅਥ ਸੰਸਾਰ ਮੈਂ ਹੈ ਗੁਰ ਕਾ ਸ਼ਬਦ ਨਾ ਮੇਟੈ ਕੋਏ ਗੁਰ ਨਾਨਕ ਨਾਨਕ ਹਰ ਸੋਏ ਸ੍ਰੀ ਨਾਨਕ ਪਰਸ਼ੋਤਮ ਪਰਮ ਪਰਾਵਰ ਨਾਥ ਜੁਗਲ ਚਰਨ ਮਮ ਬੰਦਨਾ ਧਰ ਪਰ ਧਰ ਕਰ ਮਾਥ ਚਵਰ ਛਤਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਹਜ਼ੂਰ ਸੁਭਾਏਮਾਨ ਸਮੂਹ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜਿਨ੍ਹਾਂ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਇਹ ਕੀਰਤਨ ਦਰਬਾਰ ਆਪ ਸਰਬੱਤ ਸੰਗਤ ਦੇ ਸਹਿਯੋਗ ਸਦਕਾ ਏਕ ਨੂਰ ਸੇਵਾ ਸੁਸਾਇਟੀ ਸਰਕਲ ਜੰਡੂ ਸਿੰਘਾਂ
ਜਲੰਧਰ ਦੇ ਇਲਾਕੇ ਵਿੱਚ ਕਰਵਾ ਰਹੇ ਹਨ। ਆਓ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਜੋ ਅਗੰਮੀ ਵਡਿਆਈ ਹੈ ਰਲ ਮਿਲ ਕਰਕੇ ਗਾਇਨ ਕਰੀਏ, ਆਪਣੇ ਸਮੇਂ ਨੂੰ ਜੀਵਨ ਨੂੰ ਸਫਲਾ ਕਰਨ ਦਾ ਯਤਨ ਕਰੀਏ। ਦੁਨੀਆਂ ਦੇ ਉੱਤੇ ਕਿਸੇ ਵੀ ਮਹਾਂਪੁਰਸ਼ ਦਾ, ਅਵਤਾਰਾਂ ਦਾ, ਸਤਿਪੁਰਸ਼ਾਂ ਦਾ ਜਿਹੜਾ ਆਗਾਜ਼ ਹੈ, ਵਿਦਵਾਨ ਜਨਾਂ ਨੇ ਤਕਰੀਬਨ ਹਰ ਧਰਮ ਦੇ ਅੰਦਰ ਇੱਕੋ ਹੀ ਰਾਏ ਪ੍ਰਗਟ ਕੀਤੀ ਹੈ ਵੀ ਜਦੋਂ ਲੋਕਾਈ ਦੇ ਉੱਤੇ ਭੀੜ ਪੈਂਦੀ ਹੈ, ਜ਼ੁਲਮ ਦੀ ਇੰਤਹਾ ਹੋ ਜਾਂਦੀ ਹੈ, ਅਗਿਆਨ ਦੀ ਓੜਕ ਹੋ ਜਾਂਦੀ ਹੈ, ਮਨੁੱਖਤਾ ਪਾਪਾਂ ਅਪਰਾਧਾਂ ਦੇ ਵਿੱਚ ਗਲਤਾਨ ਹੋ ਜਾਂਦੀ ਹੈ, ਮਨੁੱਖਤਾ ਦੇ ਉੱਤੇ ਪਸ਼ੂ ਪੁਣਾ ਹਾਵੀ ਹੋ ਜਾਂਦਾ ਹੈ, ਅਰਾਜਸੀ ਅਤਿਆਚਾਰ ਵੱਧ ਜਾਂਦਾ ਹੈ, ਅਧਰਮ ਵੱਧ ਜਾਂਦਾ ਹੈ। ਐਸੀ ਦਸ਼ਾ ਦੇ ਵਿੱਚ ਪਰਮਾਤਮਾ ਆਪਣੀਆਂ ਕੁਝ ਖਾਸ ਅਜ਼ਮਤਾਂ ਦੇ ਕੇ ਆਪਣੇ ਪਿਆਰਿਆਂ ਨੂੰ ਲੋਕਾਈ ਦੀ, ਮਨੁੱਖਤਾ ਦੀ ਪੁਕਾਰ ਤੇ ਦੁਨੀਆਂ ਤੇ ਭੇਜਦਾ ਹੈ। ਜਦੋਂ ਪਾਪ ਵੱਧਦਾ ਹੈ, ਧਰਮ ਵੀ ਪੁਕਾਰ ਕਰਦਾ ਹੈ, ਧਰਮ ਤੌਲ ਪੁਕਾਰੈ ਤਲੈ ਖੜੋਆ। ਧਰਤੀ ਤੇ ਪਾਪ ਵੱਧਦਾ ਹੈ, ਧਰਤੀ ਵੀ ਪੁਕਾਰ ਕਰਦੀ ਹੈ। ਖੈਰ, ਕੋਈ ਵੀ ਮਨੌਤ ਹੈ, ਕਿਸੇ ਦੀ ਵੀ ਕੋਈ ਮੰਗ ਹੈ, ਰੱਬ ਤੋਂ ਹੀ ਮੰਗਦੇ ਨੇ। ਜਿਵੇਂ ਆਪਾਂ ਰੱਬ ਕੋਲੋਂ ਮੰਗਦੇ ਹਾਂ, ਗੁਰੂ ਗ੍ਰੰਥ ਸਾਹਿਬ ਕਹਿੰਦੇ ਧਰਤੀ ਵੀ ਆਪਣੀਆਂ ਮੰਗਾਂ ਉਹਦੇ ਅੱਗੇ ਰੱਖਦੀ ਹੈ। ਕਲਮਲ ਹੋਈ ਮੇਦਨੀ ਅਰਦਾਸ ਕਰੇ ਲਿਵਲਾਏ, ਸੱਚਾ ਸੁਣਿਆ ਕੰਨ ਦੇ ਧੀਰਕ ਦੇਵੈ ਸਹਿਜ ਸੁਭਾਏ। ਉਹ ਕੰਨ ਦੇ ਕੇ ਸੁਣਦਾ ਵੀ ਹੈ। ਜਦੋਂ ਪਾਪ ਵੱਧ ਜਾਂਦਾ ਹੈ, ਸੰਸਾਰ ਦੀ ਹਾਲਤ ਸੁਧਾਰਨ ਲਈ, ਤਪਦੇ ਹੋਏ ਜਗਤ ਨੂੰ ਠਾਰਨ ਦੇ ਲਈ, ਜ਼ਾਲਮਾਂ ਨੂੰ, ਅਤਿਆਚਾਰੀਆਂ ਨੂੰ ਕੁਕਰਮਾਂ ਤੋਂ ਹਟਾਉਣ ਦੇ ਲਈ, ਧਰਮ ਅਤੇ ਨੇਕੀ ਦੀਆਂ ਤਾਕਤਾਂ ਨੂੰ ਮੁੜ ਸੁਰਜੀਤ ਕਰਨ ਦੇ ਲਈ, ਮਨੁੱਖਤਾ ਨੂੰ ਸਿੱਧੇ ਰਾਹੇ ਪਾਉਣ ਦੇ ਲਈ, ਫਿਰ ਉਹ ਜਿਹੜੇ ਸਤਿਪੁਰਸ਼ ਆਉਂਦੇ ਨੇ, ਜੋ ਅਵਤਾਰ ਆਉਂਦੇ ਨੇ, ਕੁਝ ਖਾਸ ਤਾਕਤਾਂ ਲੈ ਕੇ ਪਰਮਾਤਮਾ ਪਾਸੋਂ ਮਨੁੱਖਤਾ ਦੇ ਭਲੇ ਲਈ ਆਉਂਦੇ ਨੇ, ਉਹਨਾਂ ਦਾ ਮਨੋਰਥ ਪਾਪ ਦਾ ਖਾਤਮਾ ਹੀ ਹੁੰਦਾ। ਕਲਗੀਧਰ ਪਾਤਸ਼ਾਹ ਦੇ ਬੋਲ ਨੇ, ਕਹਿੰਦੇ ਸਾਡੇ ਦੁਨੀਆਂ ਤੇ ਆਗਾਜ਼ ਦਾ ਕਾਰਨ, ਅਵਤਾਰਾਂ ਦੇ ਆਉਣ ਦਾ ਕਾਰਨ, ਜਬ ਜਬ ਹੋਤ ਅਰਿਸ਼ਟ ਅਪਾਰਾ, ਤਬ ਤਬ ਦੇਹੇ ਧਰਤ ਅਵਤਾਰਾ। ਜਿਵੇਂ ਜਿਵੇਂ ਪਾਪੀ ਵੱਧਦੇ ਨੇ, ਤੁਹਾਡੇ ਤੇ ਧਰਮ ਦੇ ਦਰਮਿਆਨ ਕੰਡੇ ਬੀਜਣ ਵਾਲੇ ਵਾਧੇ ਨੇ, ਅਰਿਸ਼ਟ ਜਿਵੇਂ ਜਿਵੇਂ ਵਾਧੇ ਨੇ। ਇੰਗਲਿਸ਼ ਦੇ ਟੀਕਾਕਾਰਾਂ ਨੇ ਅਰਥ ਕੀਤੇ ਨੇ, ਵੈਨ ਐਵਰ ਨਿਊਮਰਸ ਟਾਇਰੈਂਟਸ ਟੇਕ ਬਰਥ, ਜਿਵੇਂ ਜਿਵੇਂ ਪਾਪੀ ਵਾਧੇ ਨੇ, ਤਿਵੇਂ ਤਿਵੇਂ ਅਵਤਾਰਾਂ ਦਾ ਆਗਾਜ਼ ਹੁੰਦਾ ਹੈ, ਤਿਵੇਂ ਤਿਵੇਂ ਦੁਨੀਆਂ ਤੇ ਮਹਾਂਪੁਰਸ਼ ਆਉਂਦੇ ਨੇ, ਤਬ ਤਬ ਦੇਹੇ ਧਰਤ ਅਵਤਾਰਾ। ਕ੍ਰਿਸ਼ਨ ਜੀ ਦੇ ਵੀ ਪਾਕ ਬੋਲ ਨੇ, ਯਦਾ ਯਦਾ ਹੀ ਧਰਮਸਯ ਗਲਾਨੀਰ ਭਵਤੀ ਭਾਰਤਾ, ਜਿਵੇਂ ਜਿਵੇਂ ਗਲਾਨੀ ਵੱਧਦੀ ਹੈ, ਅਭਿਉਥਾ ਨਮਾ ਧਰਮਸਯ ਤਦਾਤਮਾਨਮ ਸਰਾ ਜਾਮਿਹਮ,
ਜਿਵੇਂ ਜਿਵੇਂ ਗਲਾਨੀ ਵੱਧਦੀ ਹੈ, ਪਾਪੀ ਵੱਧਦੇ ਨੇ, ਅਰਿਸ਼ਟ ਵੱਧਦੇ ਨੇ, ਤਿਵੇਂ ਤਿਵੇਂ ਅਵਤਾਰਾਂ ਦਾ ਦੁਨੀਆਂ ਦੇ ਉੱਤੇ ਆਗਾਜ਼ ਹੁੰਦਾ ਹੈ। ਇਸੇ ਤਰ੍ਹਾਂ ਹੀ ਸਿੱਖ ਜਗਤ ਦੇ ਅੰਦਰ, ਇਉਂ ਕਹਿ ਲਓ ਸਮੁੱਚੀ ਲੋਕਾਈ ਦੇ ਅੰਦਰ, ਇਤਿਹਾਸਕਾਰਾਂ ਚੋਂ, ਕਵੀ ਜਨਾਂ ਚੋਂ ਸਿਰਮੌਰ ਕਵੀ ਸੰਤੋਖ ਸਿੰਘ ਜੀ ਮਹਾਰਾਜ, ਜਿਵੇਂ ਧਾਰਮਿਕ ਗ੍ਰੰਥਾਂ ਵਿੱਚ ਵੇਦ ਜਿਹੜੇ ਨੇ ਬੜੀ ਲੰਬੇਰੀ ਰਚਨਾ ਹੈ, ਇਤਿਹਾਸਕ ਜਗਤ ਦੇ ਅੰਦਰ ਸਭ ਤੋਂ ਲੰਬੇਰੀ ਕਾਵਿ ਰਚਨਾ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਲਿਖਣ ਵਾਲੇ ਮਹਾਂਪੁਰਸ਼ ਕਵੀ ਸੰਤੋਖ ਸਿੰਘ ਜੀ ਵੀ ਇਹੀ ਕਹਿੰਦੇ ਨੇ, ਕਹਿੰਦੇ ਧਰਤੀ ਨੇ ਪੁਕਾਰ ਕੀਤੀ ਹੈ, ਏਕੰਕਾਰ ਆਰਾਧਨ ਕੀਨਾ ਭਨਤ ਬੇਨਤੀ ਭਈ ਪ੍ਰਵੀਨਾ। ਅਕਾਲ ਪੁਰਖ ਦੇ ਅੱਗੇ ਆਰਾਧਨਾ ਕੀਤੀ ਹੈ ਵੀ ਪਾਪ ਬੜਾ ਵੱਧ ਗਿਆ ਹੈ, ਦੁਨੀਆਂ ਤੇ ਆਉਣਾ ਪਵੇਗਾ ਤੁਹਾਨੂੰ। ਸੰਤਾਂ ਦੀ, ਸਤਿਪੁਰਸ਼ਾਂ ਦੀ, ਧਰਮ ਦੀ ਰੱਖਿਆ ਦੇ ਲਈ ਫਿਰ ਐਸੇ ਅਵਤਾਰ ਦੁਨੀਆਂ ਤੇ ਆਉਂਦੇ ਨੇ। ਹੁਣ ਪਾਪ ਇੰਨਾ ਕੁ ਵੱਧ ਗਿਆ ਸੀ ਵੀ ਹੁਣ ਗਿਣੀਆਂ ਚੁਣੀਆਂ ਅਜ਼ਮਤਾਂ ਲੈ ਕੇ ਅਵਤਾਰ ਆਉਣ, ਪਾਪ ਨੂੰ ਠੱਲ ਨਹੀਂ ਸੀ ਪੈ ਸਕਦੀ, ਕਿਉਂਕਿ ਹਾਲਾਤ ਇੰਨੇ ਬਦਤਰ ਨੇ। ਜਿਹੜੇ ਅਵਤਾਰ ਇਸ ਵਾਰ ਆਏ ਨੇ, ਬਾਣੀ ਦੇ ਭਾਈ ਗੁਰਦਾਸ ਜੀ ਦੇ ਪਾਕ ਬੋਲ ਨੇ, ਸੁਣੀ ਪੁਕਾਰ ਦਾਤਾਰ ਪ੍ਰਭ ਗੁਰੂ ਨਾਨਕ ਜਗ ਮਾਹੇ ਪਠਾਇਆ। ਗੁਰੂ ਨਾਨਕ ਸਾਹਿਬ ਦੁਨੀਆਂ ਤੇ ਪ੍ਰਗਟ ਹੋਏ ਨੇ, ਅੱਗੇ ਬੜੇ ਅਵਤਾਰ ਆਏ, ਕੀ ਇਹ ਉਹਨਾਂ ਦੇ ਤੁੱਲ ਨੇ? ਕੀ ਇਹ ਗਿਣੀਆਂ ਚੁਣੀਆਂ ਅਜ਼ਮਤਾਂ ਲੈ ਕੇ ਦੁਨੀਆਂ ਦੇ ਉੱਤੇ ਆਏ ਨੇ? ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਕਹਿੰਦੇ ਨਹੀਂ, ਬਲਿਓ ਚਿਰਾਗ ਅੰਧਾਰ ਮਹਿ, ਸਭ ਕਲ ਉਦਰੀ ਇੱਕ ਨਾਮ ਧਰਮ ਪ੍ਰਗਟ, ਸਗਲ ਹਰ ਭਵਨ ਮਹਿ ਜਨ ਨਾਨਕ ਗੁਰ ਪਾਰ ਬ੍ਰਹਮ। ਗੁਰੂ ਨਾਨਕ ਇਸ ਦਾ ਸੁਪਰੀਮ ਲੋਰਡ, ਗੁਰੂ ਨਾਨਕ ਇਸ ਵਾਰ ਕੋਈ ਗਿਣੀਆਂ ਚੁਣੀਆਂ ਅਜ਼ਮਤਾਂ ਲੈ ਕੇ ਆਇਆ ਅਵਤਾਰ ਨਹੀਂ ਹੈ, ਮਹਾਂਪੁਰਸ਼ ਨਹੀਂ ਹੈ, ਇਹ ਆਪ ਨਾਰਾਇਣ ਕਲਾਧਾਰ ਜਗ ਮੈਂ ਪਰਵਰਿਓ। ਭਾਈ ਗੁਰਦਾਸ ਜੀ ਨੇ ਲਿਖਿਆ ਹੈ, ਵੱਡਾ ਪੁਰਖ ਪ੍ਰਗਟਿਆ ਕਲਯੁਗ ਅੰਦਰ, ਜੋਤ ਜਗਾਈਏ ਵੱਡਾ ਪੁਰਖ ਹੈ, ਜੋ ਕੁੱਲ ਕਾਇਨਾਤ ਦਾ ਖਸਮ ਹੈ, ਨਿਰਗੁਣ ਆਪ ਸਰਗੁਣ ਭੀ, ਉਹੀ ਜੋ ਨਿਰਗੁਣ ਸਰੂਪ ਹੈ ਸਭਨਾ ਦਾ। ਹੁਣ ਇਹ ਸਵਾਲ ਕਈ ਵਾਰ ਖੜਾ ਹੋ ਜਾਂਦਾ ਸਾਡੇ ਬੁਲਾਰੇ, ਕਈ ਵਾਰ ਗੁਰੂ ਨਾਨਕ ਮਹਾਰਾਜ ਜੀ ਦੇ ਮਹਾਨ ਅਜ਼ਮਤੀ ਜੀਵਨ ਨੂੰ ਸੰਗਤਾਂ ਦੇ ਦਰਮਿਆਨ ਪੇਸ਼ ਕਰਨ ਦੀ ਬਜਾਏ ਜਿਹੜੇ ਅਲਫਾਜ਼ ਵਰਤਦੇ ਨੇ ਉਹ ਬੜੇ ਮਾਮੂਲੀ ਹੁੰਦੇ ਨੇ, ਜੀ ਗੁਰੂ ਬੜਾ ਕ੍ਰਾਂਤੀਕਾਰੀ ਸੀ, ਗੁਰੂ ਸੱਚ ਬੋਲਦਾ ਸੀ, ਦੁਨੀਆਂ ਨੂੰ ਉਸਨੇ ਸੇਧ ਦਿੱਤੀ, ਦੇਸ਼ ਨਾਲ ਹਿੱਤ ਕਰਨ ਵਾਲਾ ਸੀ, ਐਵੇਂ ਪੰਜਾਂ ਚੌਹਾਂ ਗੱਲਾਂ ਦੇ ਵਿੱਚ ਗੁਰੂ ਨਾਨਕ ਜਕੜ ਛੱਡਿਆ ਇਹਨਾਂ ਲੋਕਾਂ ਨੇ। ਇਹ ਤੇ ਕੁਝ ਵੀ ਨਹੀਂ, ਇੱਥੇ ਕਈ ਦੇਸ਼ ਭਗਤ ਨੇ ਉਹਨਾਂ ਨੂੰ ਗੁਰੂ ਨਾਨਕ ਸਮਝ ਲਈਏ ਹੁਣ, ਇੱਥੇ ਕਈ ਸੱਚ ਬੋਲਣ ਦਾ ਦਾਵਾ ਕਰਦੇ ਪਏ ਨੇ ਵੀ ਮੈਂ ਹੀ ਸੱਚ ਬੋਲਦਾ। ਵੈਸੇ ਤੇ ਨਿਆਂ ਲੁਕਾਈ ਨੇ ਕਰਨਾ ਹੁੰਦਾ ਵੀ ਸੱਚਾ ਕੌਣ ਹੈ ਝੂਠਾ ਕੌਣ ਹੈ, ਅੱਜ ਕੱਲ੍ਹ ਸਟੇਜਾਂ ਤੇ ਆਪ ਬਾਂਹ ਉਲਾਰ ਕੇ ਆਖਣਗੇ ਵੀ ਯਾਰ ਹੀ ਸੱਚੇ ਨੇ, ਬਾਕੀ ਸਭ ਝੂਠੇ ਬੈਠੇ ਨੇ ਇੱਥੇ। ਸੱਚੇ ਬੜੇ ਨੇ, ਸੱਚ ਬੋਲਣ ਵਾਲੇ ਬੜੇ ਨੇ। ਰਹੀ ਗੱਲ ਜੀਵਨ ਜਾਚ ਸਿਖਾਉਣ ਦੀ, ਤੇ ਤੁਹਾਡੇ ਬੱਚੇ ਸਕੂਲਾਂ ਵਿੱਚ, ਕਾਲਜਿਸ ਵਿੱਚ, ਯੂਨੀਵਰਸਿਟੀਜ਼ ਵਿੱਚ ਕਿਉਂ ਜਾਂਦੇ ਨੇ? ਪ੍ਰੋਫੈਸਰਾਂ ਦੀਆਂ ਲਿਖੀਆਂ ਕਿਤਾਬਾਂ ਪੜ੍ਹ ਕੇ ਅਕਲ ਆ ਜਾਵੇ, ਜੀਵਨ ਜਾਚ ਆ ਜਾਵੇ।
ਅੱਛਾ ਜੀਵਨ ਜਾਚ ਤੇ ਇੱਕ ਵਿਦਵਾਨ ਦੀ ਪੁਸਤਕ ਪੜ੍ਹ ਕੇ ਵੀ ਆ ਜਾਂਦੀ ਹੈ, ਉਹਨੂੰ ਹੁਣ ਗੁਰੂ ਨਾਨਕ ਬਣਾ ਦਿਓਗੇ? ਕੋਈ ਦੇਸ਼ ਨਾਲ ਹਿੱਤ ਕਰਦਾ ਹੈ ਉਹਨੂੰ ਹੁਣ ਗੁਰੂ ਨਾਨਕ ਬਣਾ ਦਈਏ? ਇੱਥੇ ਲੱਖਾਂ ਦੇਸ਼ ਭਗਤ ਨੇ, ਇੱਥੇ ਲੱਖਾਂ ਵਿਦਵਾਨ ਨੇ, ਲੱਖਾਂ ਜੀਵਨ ਜਾਚ ਸਿਖਾਉਣ ਵਾਲੇ ਨੇ, ਪਰ ਗੁਰੂ ਗ੍ਰੰਥ ਸਾਹਿਬ ਨੇ ਇੱਕ ਪਾਕ ਬੋਲ ਗੁਰੂ ਅਰਜਨ ਸਾਹਿਬ ਦੇ ਗਲੂਏ ਮੁਬਾਰਕ ਤੋਂ ਪ੍ਰਗਟ ਕੀਤਾ ਹੈ ਵੀ ਗੁਰੂ ਨਾਨਕ ਕਿਸੇ ਦੇ ਕੰਪੈਰੇਟਿਵਲੀ, ਕਿਸੇ ਦੇ ਤੁਲ ਤੱਕੜੀ ਵਿੱਚ ਬਿਠਾਇਆ ਨਹੀਂ ਜਾ ਸਕਦਾ। ਕਾਰਨ ਕੀ ਹੈ? ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸਮ ਸਰ, ਕਿਉਂਕਿ ਖੁਦਾ ਦੇ ਤੁਲ ਗੁਰੂ ਨਾਨਕ ਹੈ, ਦੂਸਰਾ ਕੋਈ ਗੁਰੂ ਨਾਨਕ ਦੇ ਬਰਾਬਰ ਤੁਰਨ ਵਾਲਾ ਰੂਹੇ ਜ਼ਮੀਨ ਨੇ ਪੈਦਾ ਨਹੀਂ ਕੀਤਾ। ਗੁਰੂ ਨਾਨਕ ਦੀ ਵਡਿਆਈ ਕਰਨੀ ਹੈ ਤੇ ਇੱਕੇ ਲਫ਼ਜ਼ ਵਿੱਚ ਹੀ ਆ ਗਈ, ਗੁਰੂ ਨਾਨਕ ਨਾਨਕ ਹਰ ਸੋਏ। ਗੁਰੂ ਨਾਨਕ ਇਸ ਦਾ ਟਰਾਂਸੈਂਡੈਂਟ ਪ੍ਰਵੇਡਿੰਗ ਲਾਰਡ, ਗੁਰੂ ਨਾਨਕ ਹੀ ਖੁਦਾਇਆ ਏ, ਗੁਰੂ ਨਾਨਕ ਹੀ ਪਰਮੇਸ਼ਰ ਹੈ, ਤੇ ਪਰਮੇਸ਼ਰ ਦੇ ਤੁਲ ਦੁਕੀਆਂ ਤਿੱਕੀਆਂ ਨਾਲ ਤੁਲਨਾ ਕਰਨੀ, ਤੁਲ ਤੋਲ ਦੇਣਾ, ਇਹ ਉਹਦੀ ਸ਼ਾਨ ਦੇ ਬਰਖਿਲਾਫ਼ ਹੈ। ਅਸੀਂ ਜਿਹਨੂੰ ਮਰਜ਼ੀ ਚੁੱਕ ਕੇ ਕ੍ਰਾਂਤੀਕਾਰੀ ਨੂੰ ਗੁਰੂ ਨਾਨਕ ਦੇ ਤੁਲ ਬਿਠਾ ਦਿੰਦੇ ਹਾਂ। ਹੈ ਕੋਈ ਦੁਨੀਆਂ ਦੇ ਉੱਤੇ ਸੱਚ ਬੋਲਣ ਵਾਲਾ, ਕ੍ਰਾਂਤੀ ਲਿਆਉਣ ਵਾਲਾ, ਜੀਵਨ ਜਾਚ ਸਿਖਾਉਣ ਵਾਲਾ, ਜਿਹਦੇ ਪਾਕ ਹਸਤ ਕਮਲ ਜ਼ਹਿਰ ਵਰਗੇ ਰੀਠਿਆਂ ਨੂੰ ਲੱਗਣ ਤੇ ਰੀਠੇ ਮਿੱਠੇ ਹੋ ਜਾਣ, ਜੇ ਹੈ ਤੇ ਲੱਭ ਲਿਆਓ ਕੋਈ? ਹੈ ਕੋਈ ਇਸ ਰੂਹੇ ਜ਼ਮੀਨ ਤੇ ਜਿਹਦੇ ਪਾਕ ਕਦਮਾਂ ਦੀ ਬੋਸੀ ਕਾਬਾ ਕਰਦਾ ਏ, ਮੱਕਾ ਕਰਦਾ ਏ, ਜਿਹਦੇ ਪਾਕ ਹਸਤ ਕਮਲ ਦੇ ਸਪਰਸ਼ ਦੇ ਨਾਲ ਚਟਾਨ ਰੁਕ ਜਾਂਦੀ ਹੈ? ਜੇ ਕੋਈ ਹੈ ਤੇ ਸਾਹਮਣੇ ਲਿਆਓ। ਐਵੇਂ ਜਣੇ ਖੜੇ ਨੂੰ ਗੁਰੂ ਨਾਨਕ ਬਣਾ ਦੇਣਗੇ? ਪੰਜਾਂ ਚੌਵਾਂ ਮਾਮੂਲੀ ਜੀਆਂ ਗੱਲਾਂ ਵਿੱਚ ਗੁਰੂ ਨਾਨਕ ਜਕੜਿਆ ਪਿਆ ਇਹਨਾਂ ਵਿਦਵਾਨਾਂ ਨੇ। ਬਾਣੀ ਨੇ ਇੱਕ ਬੋਲ ਵਰਤਿਆ ਗੁਰੂ ਨਾਨਕ ਲਈ, ਜਿਤਨੀਆਂ ਵੀ ਅਜ਼ਮਤਾਂ ਦਾ ਦਾਸ ਨੇ ਜ਼ਿਕਰ ਕੀਤਾ, ਚਾਹੇ ਉਹ ਕਾਬੇ ਦੀ ਜ਼ਿਆਰਤ ਕਰਨ ਵਾਲਿਆਂ ਕਾਬਾ ਘੁੰਮਦਾ ਵੇਖਿਆ, ਚਾਹੇ ਉਹ ਵਲੀ ਕੰਧਾਰੀ ਦੀ ਚਟਾਨ ਨੂੰ ਗੁਰੂ ਨਾਨਕ ਨੇ ਡੱਕਿਆ, ਚਾਹੇ ਉਹ ਜ਼ਹਿਰ ਵਰਗੇ ਰੀਠੇ ਮਿੱਠੇ ਕਰ ਛੱਡੇ, ਬਾਣੀ ਦਾ ਇਹ ਦਾਵਾ ਏ, ਗੁਰੂ ਗ੍ਰੰਥ ਸਾਹਿਬ ਦੇ ਪਾਕ ਬੋਲ ਨੇ, ਗੁਰ ਤੇ ਬਾਹਰ ਕਿਛ ਨਹੀਂ, ਗੁਰ ਕੀਤਾ ਲੋੜੇ ਸੋ ਹੋਏ। ਗੁਰੂ ਨਾਨਕ ਇਜ਼ ਆਲ ਪਾਵਰਫੁਲ, ਨਥਿੰਗ ਇਜ਼ ਬਿਯੋਂਡ ਗੁਰੂ ਨਾਨਕ, ਗੁਰੂ ਨਾਨਕ ਤੋਂ ਬਾਹਰ ਕੁਝ ਨਹੀਂ ਹੈ। ਗੁਰੂ ਨਾਨਕ ਪਰਮੇਸ਼ਰ ਦੇ ਸਰਗੁਣ ਸਰੂਪ ਨੇ, ਔਰ ਗਿਣੀਆਂ ਚੁਣੀਆਂ ਤਾਕਤਾਂ ਲੈ ਕੇ ਨਹੀਂ ਆਏ, ਆਪ ਨਾਰਾਇਣ ਕਲਾਧਾਰ, ਕਲਾ ਕਰਾਮਾਤ ਨੂੰ ਕਹਿੰਦੇ ਨੇ, ਜਗ ਮਹਿ ਪਰਵਰਿਓ, ਜਾਂ ਇਉਂ ਸਮਝ ਲਓ ਪੂਰੀ ਹੋਈ ਕਰਾਮਾਤ ਆਪ ਸਿਰਜਣ ਹਰ ਹੈ ਧਾਰਿਆ। ਸਮੁੱਚੀ ਅਜ਼ਮਤ ਲੈ ਕੇ ਪਰਮਾਤਮਾ ਗੁਰੂ ਨਾਨਕ ਦੇ ਰੂਪ ਵਿੱਚ ਦੁਨੀਆਂ ਤੇ ਆਇਆ, ਬਾਣੀ ਤੇ ਕਹਿ ਰਹੀ ਹੈ। ਅੱਛਾ, ਜਿੰਨੇ ਵੀ ਅਵਤਾਰ ਨੇ ਕਿਸੇ ਵੀ ਧਰਮ ਵਿੱਚ ਆਏ ਨੇ, ਸਭਨਾਂ ਦਾ ਅਦਬ ਹੈ। ਅਵਤਾਰ ਦਾ ਜਿਹੜਾ ਮਤਲਬ ਹੈ, ਅਵਤਾਰ ਦਾ ਮਤਲਬ ਦੁਨੀਆਂ ਦੇ ਉੱਤੇ ਅਵਤਰੀ, ਪ੍ਰਗਟ ਹੋ ਜਾਣਾ, ਆ ਜਾਣਾ ਦੁਨੀਆਂ ਦੇ ਉੱਤੇ, ਆਗਾਜ਼ ਹੋ ਜਾਣਾ। ਸਾਡੇ ਜੰਮਣ ਨੂੰ ਵੀ ਬਾਣੀ ਨੇ ਅਵਤਾਰ ਕਿਹਾ ਹੈ। ਕਹਿੰਦੇ ਨੇ ਨਾ, ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ। ਆਗਾਜ਼ ਨੂੰ ਅਵਤਾਰ ਲਫ਼ਜ਼ ਦੇ ਨਾਲ ਸੰਬੋਧਿਤ ਕੀਤਾ ਹੈ। ਦੂਸਰਾ ਅਵਤਾਰ ਦਾ ਭਾਵ ਹੈ ਜਿਹੜੇ ਕੁਝ ਖਾਸ ਤਾਕਤਾਂ ਲੈ ਕੇ ਦੇਵੀ ਦੇਵਤੇ ਦੁਨੀਆਂ ਦੇ ਉੱਤੇ ਪ੍ਰਗਟ ਹੁੰਦੇ ਨੇ। ਅਵ ਦਾ ਮਤਲਬ ਹੈ ਰੱਖਿਅਕ, ਤਾਰ ਦਾ ਮਤਲਬ ਤਾਰਕ, ਜੋ ਦੁਨੀਆਂ ਦੇ ਉੱਤੇ ਤਾਰਨ ਆਉਂਦੇ ਨੇ। ਹੁਣ ਇੱਥੇ ਬੜੇ ਅਵਤਾਰ ਨੇ ਕਿ ਗੁਰੂ ਨਾਨਕ ਸਾਹਿਬ ਉਹਨਾਂ ਅਵਤਾਰਾਂ ਦੇ ਤੁਲ ਨੇ, ਅਵਤਾਰ ਨੇ, ਉਹਨਾਂ ਦੀ ਅਜ਼ਮਤ ਕਿੰਨੀ ਕੁ ਹੈ, ਬਾਣੀ ਦੇ ਪਾਕ ਬੋਲ ਨੇ। ਕਹਿੰਦੇ ਦੁਨੀਆਂ 'ਤੇ ਜਿੰਨੇ ਵੀ ਅਵਤਾਰ ਹੋਏ, ਇਹ ਪਤਾ ਲਿਖਤ ਕਿਹਦੀ ਹੈ? ਭੱਟ ਬਾਣੀ
ਭੱਟ ਹਿੰਦੂਇਜ਼ਮ ਨੂੰ ਬਿਲੋਂਗ ਕਰਦੇ ਨੇ, ਹਰਿਦੁਆਰ ਦੇ ਰਹਿਣ ਵਾਲੇ। ਔਰ ਜਦੋਂ ਗੁਰੂ ਰਾਮਦਾਸ ਗੁਰੂ ਅਰਜਨ ਸਾਹਿਬ ਦੇ ਦਿਦਾਰੇ ਪਾਏ ਤੇ ਗੁਰੂ ਕੇ ਸਿੱਖ ਬਣ ਗਏ, ਔਰ ਉਹ ਹਿੰਦੂਇਜ਼ਮ ਦੇ ਵਿੱਚ ਬੜੇ ਵੱਡੇ ਵਿਦਵਾਨ ਸਮਝੇ ਜਾਂਦੇ ਸਨ, ਉਹ ਕਹਿੰਦੇ ਬੜੇ ਅਵਤਾਰ ਨੇ ਦੁਨੀਆ 'ਤੇ, ਪਰ ਗੁਰੂ ਨਾਨਕ ਇੰਨੀ ਅਜ਼ਮਤ ਦਾ ਮਾਲਕ ਹੈ, ਗਾਵਹ ਕਪਿਲਾਦ ਆਦਿ ਜੋਗੇਸਰ ਅਪਰੰਪਰ ਅਵਤਾਰ ਵਰੋ। ਦੁਨੀਆ ਦੇ ਉੱਤੇ ਕਪਿਲਾਦਕ ਜਿਤਨੇ ਵੀ ਰਿਸ਼ੀ ਮੁਨੀ ਨੇ, ਜਿਤਨੇ ਵੀ ਪੁਰਾਤਨ ਸਨਾਤਨ ਆਦਿ ਜੋਗੇਸਰ ਪੁਰਾਣੇ ਪੁਰਾਣੇ ਜੋਗੀ ਜਨ ਨੇ, ਮਹਾਂਪੁਰਸ਼ ਨੇ, ਜਿਤਨੇ ਵੀ ਦੁਨੀਆ ਦੇ ਉੱਤੇ ਅਵਤਾਰ ਹੋਏ ਨੇ, ਅਪਰੰਪਰ ਅਵਤਾਰ ਵਰੋ। ਇਸ ਵਾਰ ਜਿਹੜਾ ਅਕਾਲ ਪੁਰਖ ਗੁਰੂ ਨਾਨਕ ਬਣ ਕੇ ਦੁਨੀਆ 'ਤੇ ਆਇਆ ਹੈ, ਅਪਰੰਪਰ ਜਿਹਦਾ ਕੋਈ ਪਾਰਾਵਾਰ ਨਹੀਂ ਹੈ, ਉਸ ਗੁਰੂ ਨਾਨਕ ਨੂੰ ਸਾਰੇ ਹੀ ਅਵਤਾਰ ਗਾਉਂਦੇ ਨੇ, ਕਿਉਂਕਿ ਗੁਰੂ ਨਾਨਕ ਸਾਰਿਆਂ ਦਾ ਸ਼ਿਰੋਮਣੀ ਹੈ। ਗੁਰੂ ਨਾਨਕ ਦੇ ਵਿੱਚ ਸਭਨਾਂ ਨਾਲੋਂ ਵੱਧ ਕੇ ਅਸਮਤ ਹੈ, ਕੋਈ 14 ਕਲਾਂ, ਕੋਈ 16। ਇੱਥੇ ਬਾਪੂ ਨਾਨਕ ਆਪ ਨਾਰਾਇਣ, ਫਿਰ ਦੁਹਰਾ ਦੇਵਾਂ, ਆਪ ਨਾਰਾਇਣ ਕਲਾਧਾਰ ਜਗਮਹਿ ਪਰਵਰਿਓ ਵਿਦ ਆਲ ਦਾ ਸਪਿਰਚੁਅਲ ਪਾਵਰਸ। ਜਿਤਨੀਆਂ ਵੀ ਅਜ਼ਮਤਾਂ ਨੇ ਸਾਰੀਆਂ ਲੈ ਕੇ ਪਰਮਾਤਮਾ ਗੁਰੂ ਨਾਨਕ ਦੇ ਰੂਪ ਵਿੱਚ, ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਗੁਰੂ ਨਾਨਕ ਬਣ ਕੇ 1526 ਬਿਕਰਮੀ ਸੰਮਤ ਕੱਤਕ ਦੇ ਮਹੀਨੇ ਰਾਏ ਭੋਏ ਦੀ ਤਲਵੰਡੀ ਵਿਖੇ ਪ੍ਰਗਟ ਹੋਏ। ਮਾਤਾ ਤ੍ਰਿਪਤਾ ਦੇ ਹਿਰਦੇ ਵਿੱਚ ਪ੍ਰਕਾਸ਼ਵਾਨ ਹੋਏ ਨੇ, ਬਾਬਾ ਮਹਿਤਾ ਕਾਲੂ ਚੰਦ ਜੀ ਦੀ ਗੋਦ ਵਿੱਚ ਖੇਡੇ ਨੇ, ਭਾਈ ਗੁਰਦਾਸ ਜੀ ਨੇ ਵੀ ਗੁਰੂ ਦੀ ਸ਼ਾਨ ਬਾਬਤ ਤੇ ਬੋਲ ਕਹੇ ਨੇ, ਗੁਰ ਪਰਮੇਸ਼ਰ ਇੱਕ ਹੈ ਸੱਚਾ ਸਾਹੋ ਜਗਤ ਬਣਜਾਰਾ, ਗੁਰੂ ਤੇ ਪਰਮੇਸ਼ਰ ਇੱਕ ਨੇ। ਇਹ ਦਾਸਤਾਂ ਤੁਹਾਡੇ ਜ਼ਿਹਨ ਵਿੱਚ ਬਿਠਾ ਰਿਹਾ, ਕਿਉਂਕਿ ਬੜੇ ਇੱਥੇ ਖੈਰ ਗੈਰਾਂ ਦੇ ਨਾਲ ਤੇ ਰੋਸ ਵੀ ਕਾਹਦਾ ਹੈ, ਬੜੇ ਇੱਥੇ ਪੰਜ ਕਕਾਰੀ ਬਣੇ ਬੈਠੇ ਸਟੇਜ ਤੇ ਦਾਵਾ ਪਏ ਕਰਦੇ ਨੇ ਵੀ ਗੁਰੂ ਨਾਨਕ ਇੱਕ ਆਮ ਇਨਸਾਨ ਹੈ। ਗੁਰੂ ਗ੍ਰੰਥ ਸਾਹਿਬ ਨੇ ਕਹਿ ਦਿੱਤਾ ਉਹ ਆਪ ਨਾਰਾਇਣ ਕਲਾਧਾਰ ਹੈ, ਔਰ ਸਾਹਮਣੇ ਗੁਰੂ ਅਰਜਨ ਦੇ ਚੌਂਕੜਾ ਲਾਉਣ ਵਾਲਾ ਭਾਈ ਗੁਰਦਾਸ ਕਹਿੰਦਾ, ਨਾਨਕ ਦੀ ਅਜ਼ਮਤ ਗੁਰੂ ਅਰਜਨ ਦੀ ਅਜ਼ਮਤ ਪਰਮੇਸ਼ਰ ਦੇ ਤੁੱਲ ਹੈ, ਗੁਰ ਪਰਮੇਸ਼ਰ ਇੱਕ ਹੈ ਸੱਚਾ ਸਾਹੋ ਜਗਤ ਬਣਜਾਰਾ। ਹੁਣ ਅੱਗੇ ਆ ਜਾਓ, ਕਵੀ ਸੰਤੋਖ ਸਿੰਘ ਜੀ ਦੁਨੀਆ ਦੇ ਮਹਾਨ ਵਿਦਵਾਨ, ਉਹ ਕਹਿੰਦੇ ਇਸ ਵਾਰ ਜਿਹੜਾ ਆਇਆ ਹੈ, ਏਕੰਕਾਰ ਧਾਰ ਨਿਜ ਰੂਪਾ ਪ੍ਰਗਟੇ ਸਤਿਗੁਰ ਔਰ ਰੂਪ ਅਨੂਪਾ, ਇੱਕ ਓਅੰਕਾਰ ਉਹ ਅਕਾਲ ਪੁਰਖ ਗੁਰੂ ਨਾਨਕ ਬਣ ਕੇ ਦੁਨੀਆ 'ਤੇ ਆਇਆ ਹੈ। ਭਾਈ ਨੰਦ ਲਾਲ ਕਹਿੰਦੇ ਜਦੋਂ ਪਰਮਾਤਮਾ ਗੁਰੂ ਨਾਨਕ ਸਾਹਿਬ ਨੂੰ ਦੁਨੀਆ 'ਤੇ ਭੇਜਣ ਲੱਗੇ ਨਾ, ਤੁਹਾਡੇ ਨਾਲ ਇਤਿਹਾਸਿਕ ਤੱਥ, ਬਾਣੀ ਦੇ ਤੱਥ ਅਤੇ ਗੁਰੂ ਕੇ ਸਮਕਾਲੀ ਮਹਾਂਪੁਰਸ਼ ਕਵੀਆਂ ਦੇ ਤੱਥ ਸਾਂਝੇ ਕਰਾਂਗਾ ਵੀ ਗੁਰੂ ਨਾਨਕ ਦੀ ਹਸਤੀ ਕਿੱਡੀ ਕੁ ਬੁਲੰਦ ਹੈ, ਅਤੇ ਜਿਹੜੇ ਅੱਜ ਕੱਲ੍ਹ ਗੁਰੂ ਨਾਨਕ ਨੂੰ ਮਾਮੂਲੀ ਇਨਸਾਨ ਸਾਬਤ ਕਰਨ 'ਤੇ ਤੁਲੇ ਨੇ, ਉਹਨਾਂ ਦੀ ਕਿੱਡੀ ਕੁ ਹਸਤੀ ਹੈ ਵੀ ਗੁਰੂ ਨਾਨਕ ਦੀ ਉਹ ਤੁਲਨਾ ਆਪਣੇ ਨਾਲ ਹੀ ਕਰਨ ਲੱਗ ਪਏ ਨੇ, ਵੀ ਸਾਡੇ ਵਰਗਾ ਹੀ ਸੀ, ਦੋ ਚਾਰ ਗੁਣ ਉਹਦੇ 'ਚ ਖਾਸ ਹੋਣਗੇ। ਅਤੇ ਜਿੰਨਾ ਗੁਰੂ ਨਾਨਕ ਨੂੰ ਅੱਖੀਂ ਡਿੱਠਾ, ਜਿੰਨਾ ਗੁਰੂ ਗੋਬਿੰਦ ਨੂੰ, ਗੁਰੂ ਅਰਜਨ ਨੂੰ ਅੱਖੀਂ ਡਿੱਠਾ, ਉਹਨਾਂ ਮਹਾਂਪੁਰਸ਼ਾਂ ਨੇ ਕੀ ਕਿਹਾ ਹੈ ਇਹਦੇ ਬਾਬਤ ਕਿ ਮਨਮ, ਭਾਈ ਨੰਦ ਲਾਲ ਦੇ ਬੋਲ ਨੇ ਫਾਰਸੀ ਦੇ, ਕਿ ਮਨਮ ਦਰਤੋ ਗੈਰੋ ਤੋਂ ਕਸਨੇ ਹਰ ਚਿਹੇ ਖਾਹਮ ਕੁਨਮ, ਹਰ ਚਿਹੇ ਖਾਨਮ ਕੁਨਮ ਹਮਹ ਅਦਲੇਸਤ। ਭਾਈ ਸਾਹਿਬ, ਭਾਈ ਨੰਦ ਲਾਲ ਕਹਿੰਦੇ ਜਦੋਂ ਪਰਮੇਸ਼ਰ ਗੁਰੂ ਨਾਨਕ ਨੂੰ ਆਪਣੇ ਸਰਗੁਣ ਸਰੂਪ ਨੂੰ ਦੁਨੀਆ ਦੇ ਉੱਤੇ ਭੇਜਣ ਲੱਗਾ ਨਾ,
ਤੇ ਪਰਮਾਤਮਾ ਨੇ ਗੁਰੂ ਨਾਨਕ ਸਾਹਿਬ ਨੂੰ ਇੱਕ ਗੱਲ ਆਖੀ ਹੈ, ਮਨਮ ਦਾ ਮਤਲਬ ਮਨ ਅਮ ਪਦਛੇਦ ਕਰ ਲਓ, ਮਨ ਦਾ ਮਤਲਬ ਮੈਂ, ਅਮ ਦਾ ਮਤਲਬ ਹਾਂ। ਪਰਮੇਸ਼ਰ ਗੁਰੂ ਨਾਨਕ ਸਾਹਿਬ ਨੂੰ ਆਖਣ ਲੱਗੇ, ਗੈਰੇ ਦਾ ਭਾਵ ਹੈ ਕੋਈ ਗੈਰ, ਕੋਈ ਬੇਗਾਨਾ, ਕਸ ਦਾ ਮਤਲਬ ਹੁੰਦਾ ਹੈ ਆਦਮੀ। ਜਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨਿਰਗੁਣ ਸਰੂਪ ਦੇ ਸਨਮੁਖ ਸੱਚਖੰਡ ਵਿੱਚ ਨੇ, ਦੁਨੀਆਂ ਤੇ ਆਉਣਾ ਹੈ ਤੇ ਪਰਮੇਸ਼ਰ ਨੇ ਭੇਜਣ ਲੱਗੇ ਨੇ ਇੱਕ ਬਚਨ ਆਖਿਆ ਸੀ ਗੁਰੂ ਨਾਨਕ ਸਾਹਿਬ ਨੂੰ, ਕਹਿੰਦੇ ਤੇਰੇ ਵਿੱਚ ਮੈਂ ਹਾਂ, ਤੇਰੇ ਵਿੱਚ ਮੈਂ ਹਾਂ, ਮਨਮ ਮੈਂ ਹਾਂ, ਐ ਗੁਰੂ ਨਾਨਕ ਤੇਰੇ ਵਿੱਚ ਮੈਂ ਹਾਂ, ਦੂਸਰਾ ਕੋਈ ਨਹੀਂ ਹੈ, ਤੇਰੀ ਅਤੇ ਮੇਰੀ ਜਾਤ ਇੱਕ ਹੈ, ਤੇਰੇ ਤੇ ਮੇਰੇ ਦਰਮਿਆਨ ਰੰਚਕ ਮਾਤਰ ਵੀ ਭੇਦ ਨਹੀਂ ਹੈ, ਤੇਰੇ ਤੇ ਮੇਰੇ ਦਰਮਿਆਨ ਕੋਈ ਅਜ਼ਮਤਾਂ ਦਾ ਫਰਕ ਨਹੀਂ ਹੈ, ਪਿਓ ਦੀ ਸਾਰੀ ਜਾਇਦਾਦ ਲਖਤੇ ਜਿਗਰ ਦਿਲਬੰਦ ਦੀ ਹੁੰਦੀ ਹੈ, ਪੁੱਤਰ ਦੀ ਹੁੰਦੀ ਹੈ, ਗਵਾਂਢੀਆਂ ਦੀ ਨਹੀਂ ਹੁੰਦੀ, ਮੇਰੀ ਜਿੰਨੀ ਵੀ ਅਜ਼ਮਤ ਹੈ ਉਸਦਾ ਮਾਲਕ ਤੂੰ ਹੈ, ਤੇਰੇ ਤੇ ਮੇਰੇ ਵਿੱਚ ਰੰਚਕ ਮਾਤਰ ਫਰਕ ਨਹੀਂ ਹੈ। ਅਤੇ ਇਹੀ ਗੁਰੂ ਗ੍ਰੰਥ ਸਾਹਿਬ ਨੇ ਕਹਿ ਦਿੱਤਾ, ਸਤਿਗੁਰ ਵਿੱਚ ਆਪ ਰੱਖਿਓਨ ਕਰ ਪ੍ਰਗਟ ਆਖ ਸੁਣਾਇਆ। ਗੁਰੂ ਨਾਨਕ ਦੇ ਰੂਪ ਵਿੱਚ ਪਰਮੇਸ਼ਰ ਆਪ ਦੁਨੀਆਂ ਦੇ ਉੱਤੇ ਪ੍ਰਗਟ ਹੋਏ ਨੇ। ਭਾਈ ਨੰਦ ਲਾਲ ਦੇ ਵੀ ਇਹੀ ਪਾਕ ਬੋਲ ਨੇ, ਸੁਲਤਾਨ ਉਲ ਲਵਲ ਵੱਲ ਆਖਿਰ ਕੁੱਲ ਕਾਇਨਾਤ ਦਾ ਜਿਹੜਾ ਸੁਲਤਾਨ ਪਰਮੇਸ਼ਰ ਹੈ, ਜੋ ਆਦ ਤੇ ਅੰਤ ਤੱਕ ਰਹਿਣ ਵਾਲਾ ਹੈ, ਉਹੀ ਗੁਰੂ ਨਾਨਕ ਬਣ ਕੇ ਦੁਨੀਆਂ ਤੇ ਆਇਆ ਹੈ। ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ। ਤੇ ਜਦੋਂ ਭਾਈ ਗੁਰਦਾਸ ਵਰਗੇ ਮਹਾਂਪੁਰਸ਼, ਭਾਈ ਨੰਦ ਲਾਲ ਵਰਗੇ ਮਹਾਂਪੁਰਸ਼, ਕਵੀ ਸੰਤੋਖ ਸਿੰਘ ਜੀ ਵਰਗੇ ਮਹਾਂਪੁਰਸ਼ ਕਹਿ ਰਹੇ ਨੇ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਕਹਿ ਰਹੇ ਨੇ, ਗੁਰੂ ਨਾਨਕ ਨਾਨਕ ਹਰ ਸੋਏ, ਤੇ ਕੋਈ ਦੁਖੀ ਤਿੱਕੀ ਪੂਛ ਨੂੰ ਦੇ ਕੇ ਵੱਟ ਬਹਿ ਕੇ ਸਟੇਜ ਤੇ ਦੇ ਕੁਫਰ ਤੋਲੇ ਵੀ ਗੁਰੂ ਨਾਨਕ ਇੱਕ ਆਮ ਇਨਸਾਨ ਹੈ, ਕੰਪੈਰੀਜ਼ਨ ਆਪ ਹੀ ਕਰ ਲਵੋ, ਕੰਪੈਰੀਜ਼ਨ ਆਪ ਕਰ ਲਵੋ ਵੀ ਗੁਰੂ ਗ੍ਰੰਥ ਸਾਹਿਬ ਨੇ ਕੀ ਕਿਹਾ ਤੇ ਮਾਮੂਲੀ ਜਿਹਾ ਇਨਸਾਨ ਕੀ ਕਹਿ ਰਿਹਾ ਹੈ। ਇਹ ਜ਼ਿਹਨ ਵਿੱਚ ਬਿਠਾ ਲੈ, ਗੁਰੂ ਨਾਨਕ ਨਾਨਕ ਹਰ ਸੋਏ, ਨਾਨਕ ਇਸ ਦਾ ਗੁਰੂ, ਗੁਰੂ ਨਾਨਕ ਹਿਮਸੈਲਫ ਇਜ਼ ਦਾ ਲੋਰਡ, ਗੁਰੂ ਨਾਨਕ ਹੀ ਖੁਦਾਇਆ ਹੈ। ਔਰ ਜਦੋਂ ਵਿਚਾਰਧਾਰਾ ਨੂੰ ਕੰਪੈਰੇਟਿਵਲੀ ਵੇਖਣਾ ਹੋਵੇ ਨਾ, ਮੇਰੀ ਵਿਚਾਰਧਾਰਾ ਠੀਕ ਹੈ ਜਾਂ ਜਿਹੜਾ ਗੁਰੂ ਨੂੰ ਆਮ ਕਹਿ ਰਿਹਾ ਹੈ ਨਿੰਦਕ ਬੰਦਾ, ਉਹਦੀ ਵਿਚਾਰਧਾਰਾ ਠੀਕ ਹੈ, ਇਤਿਹਾਸ ਦੀ ਵਿਚਾਰਧਾਰਾ ਠੀਕ ਹੈ, ਕਿਸ ਦੀ ਵਿਚਾਰਧਾਰਾ ਮੰਨੀਏ, ਤੂੰ ਕਿਸੇ ਦੀ ਵੀ ਨਾ ਸੁਣ, ਤੂੰ ਗੁਰੂ ਗ੍ਰੰਥ ਸਾਹਿਬ ਨੂੰ ਪੁੱਛ। ਉਹ ਕਹਿੰਦੇ ਵਾਹੋ ਵਾਹੋ ਬਾਣੀ ਨਿਰੰਕਾਰ ਹੈ। ਬਾਣੀ ਕੀ ਹੈ? ਬਾਣੀ ਤੋਂ ਹੀ ਬਣਿਆ ਨਾ, ਸੰਸਕ੍ਰਿਤ ਦਾ ਲਫ਼ਜ਼ ਹੈ, ਜੋ ਗਲੂਏ ਚੋਂ ਪੈਦਾ ਹੋਣ ਉਹ ਬੋਲ, ਗੁਰੂ ਦੇ ਬੋਲ ਗੁਰਬਾਣੀ ਹੋ ਗਈ, ਸਾਡੇ ਬੋਲ ਬਾਣੀ ਹੋ ਗਈ। ਵਾਹੋ ਵਾਹੋ ਬਾਣੀ ਨਿਰੰਕਾਰ ਹੈ ਤੇ ਸਜੇਵੜੇ ਅਵਰਨਾ ਕੋਏ, ਗੁਰੂ ਕੀ ਬਾਣੀ ਦੇ ਤੁਲ ਕੁਛ ਨਹੀਂ। ਤੇ ਗੁਰੂ ਦੀ ਬਾਣੀ ਨੇ ਫਿਰ ਮੋਹਰ ਕਿੱਦਾਂ ਲਾਈ? ਗੁਰੂ ਨਾਨਕ ਨਾਨਕ ਹਰ ਸੋਏ, ਗੁਰੂ ਨਾਨਕ ਪਰਮੇਸ਼ਰ ਹੈ। ਤੂੰ ਗੁਰੂ ਗ੍ਰੰਥ ਸਾਹਿਬ ਤੋਂ ਪੁੱਛਣਾ ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਪਰਮੇਸ਼ਰ ਦੇ ਸਰਗੁਣ ਸਰੂਪ ਨੇ। ਬਾਣੀ ਦਾ ਇੱਕ ਫੁਰਮਾਨ ਤੁਸੀਂ ਰੋਜ਼ ਪੜ੍ਹਦੇ ਹੋ, ਗੁਰੂ ਨਾਨਕ ਕਿਉਂ ਮਹਾਨ ਹੈ, ਕਿਉਂ ਸਾਰਿਆਂ ਨਾਲੋਂ ਵੱਡਾ ਹੈ? ਕਹਿੰਦੇ ਉਹ ਸਮਰੱਥ ਹੈ। ਆਪਾਂ ਜਿੰਨੇ ਵੀ ਹੈ ਆਪਾਂ ਸਮਰੱਥ ਨਹੀਂ, ਜੋ ਚਾਹੁੰਦੇ ਹਾਂ ਉਹ ਕਦੇ ਨਹੀਂ ਹੁੰਦਾ। ਨਰ ਚਾਹਤ ਕਛੇ ਔਰ ਔਰੇ ਕੀ ਔਰੇ ਭਾਈ, ਜੋ ਬੰਦਾ ਚਾਹੁੰਦਾ ਹੈ ਉਹ ਹੁੰਦਾ ਨਹੀਂ ਹੈ, ਕਿਉਂਕਿ ਬੰਦਾ ਸਮਰੱਥ ਨਹੀਂ ਹੈ ਕੁਝ ਵੀ ਕਰਨ ਦੇ, ਸਭ ਰੱਬ ਦੇ ਹੁਕਮ ਵਿੱਚ ਹੈ।
ਇੱਕ ਰੱਬ ਸਮਰੱਥ ਹੈ ਤੇ ਬਾਣੀ ਨੇ ਕਿਹਾ ਦੂਜਾ ਉਹਦਾ ਸਰਗੁਣ ਸਰੂਪ ਗੁਰੂ ਨਾਨਕ ਸਮਰੱਥ ਹੈ। ਸਭ ਤੇ ਵੱਡ ਸਮਰੱਥ ਗੁਰਦੇਵ, ਗੁਰੂ ਪਾਤਸ਼ਾਹ ਸਮਰੱਥ ਨੇ। ਗੁਰੂ ਇਜ਼ ਆਲ ਪਾਵਰਫੁਲ, ਹੀ ਇਜ਼ ਡਿਵਾਈਨ, ਗੁਰੂ ਵਰਗਾ ਦੂਸਰਾ ਕੋਈ ਨਹੀਂ ਹੈ। ਆਏ ਨੇ ਦੁਨੀਆਂ ਦੇ ਉੱਤੇ ਲੋਕਾਈ ਨੂੰ ਆਪਣੇ ਨਿਰਗੁਣ ਸਰੂਪ ਪਰਮਾਤਮਾ ਦੇ ਨਾਲ ਜੋੜਨ। ਚਾਰ ਉਦਾਸੀਆਂ ਕੀਤੀਆਂ, ਚਾਰ ਲੰਬੇਰੀਆਂ ਯਾਤਰਾਵਾਂ ਕੀਤੀਆਂ, ਚੜ੍ਹਿਆ ਸੋਧਣ ਧਰਤ ਲੁਕਾਈ। ਭਾਈ ਗੁਰਦਾਸ ਕਹਿੰਦੇ ਉਹ ਕਿਸੇ ਇੱਕ ਸ਼੍ਰੇਣੀ ਦਾ ਹੀ ਗੁਰੂ ਨਹੀਂ ਹੈ ਵੀ ਆਪਾਂ ਸਿੱਖ ਇਕੱਲੇ ਹੀ ਟੈਚੀ 'ਚ ਪਾਈ ਫਿਰੀਏ ਗੁਰੂ ਨਾਨਕ ਨੂੰ ਵੀ ਸਾਡਾ ਹੀ ਹੈ, ਨਹੀਂ। ਚੜ੍ਹਿਆ ਸੋਧਣ ਧਰਤ ਲੁਕਾਈ, ਸਮੁੱਚੀ ਕਾਇਨਾਤ ਨੂੰ ਸੋਧਣ ਦੇ ਲਈ, ਸਿੱਧੇ ਰਸਤੇ ਪਾਉਣ ਦੇ ਲਈ, ਚਾਹੇ ਉਹ ਹਿੰਦੂ ਹੈ, ਸਿੱਖ ਹੈ, ਕੋਈ ਮੁਸਲਮਾਨ ਹੈ, ਕੋਈ ਵੀ ਤੇਰਾ ਇਸ਼ਟ ਹੈ, ਗੁਰੂ ਨਾਨਕ ਸਭਨਾ ਦਾ ਸਮਰੱਥ ਗੁਰੂ ਹੈ, ਸਭਨਾ ਦਾ ਮੁਰਸ਼ਦ ਹੈ, ਆਗੂ ਹੈ। ਤਾਂ ਹੀ ਬਾਣੀ ਨੇ ਕਿਹਾ ਸਭ ਤੇ ਵੱਡਾ ਸਤਿਗੁਰੂ ਨਾਨਕ। ਹਰਿ ਪ੍ਰੀਤਮ ਕੇ ਕੋਈ ਸੁਣਾਵੇ, ਮੇਰੇ ਹਰਿ ਪ੍ਰੀਤਮ ਕੀ ਕੋਈ ਸੁਣਾਵੇ, ਮੇਰੇ ਹਰਿ ਪ੍ਰੀਤਮ ਕੀ ਖਾਵੰਤ ਬਿਨਨੀ ਜੋ ਤ੍ਰਿਖਾਵੰਤ ਬਿਨਨੀ
ਭਾਈ ਸੋ ਮੇਰਾ ਵੀਰ, ਸੋ ਭਾਈ ਸੋ ਮੇਰਾ ਵੀਰ, ਸੋ ਭਾਈ ਸੋ ਮੇਰਾ ਵੀਰ, ਸੋ ਭਾਈ ਸੋ ਮੇਰਾ ਵੀਰ, ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੇ। ਮੇਰੇ ਮਨ ਪ੍ਰੇਮ ਲਗੋ, ਹਾਂ ਮੇਰੇ ਮਨ ਪ੍ਰੇਮ ਲਗੋ ਹਰ ਤੀਰ, ਪ੍ਰੇਮ ਪ੍ਰੇਮ ਲਗੋ ਹਰ ਤੀਰ, ਹਾਂ ਪ੍ਰੇਮ ਲਗੋ ਹਰ ਤੀਰ, ਮੇਰੇ ਮਨ ਪ੍ਰੇਮ ਲਗੋ ਹਰ ਤੀਰ, ਹਮਰੀ ਭੈਦਨ ਹਰ ਪ੍ਰਭ ਜਾਣੈ, ਮੇਰੇ ਮਨ ਅੰਦਰ ਕੀ ਪੀਰ, ਮੇਰੇ ਮਨ ਅੰਦਰ ਕੀ ਪੀਰ, ਮੇਰੇ ਮਨ ਅੰਦਰ ਕੀ ਪੀਰ, ਮੇਰੇ ਮਨ ਅੰਦਰ ਕੀ ਪੀ, ਮੇਰੇ ਮਨ ਅੰਦਰ ਕੀ ਪੀ, ਮੇਰੇ ਮਨ ਅੰਦਰ ਕੀ ਪੀ, ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੇ, ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੇ, ਸੋ ਭਾਈ ਸੋ ਮੇਰਾ ਵੀ, ਸੋ ਭਾਈ ਸੋ ਮੇਰਾ ਵੀ,
ਹਮਰੀ ਬੇਦਨ ਹਰ ਪ੍ਰਭ ਜਾਣੇ ਹਮਰੀ ਮੇਰੇ ਮਨ ਅੰਤਰ ਕੀ ਪੀ ਮੇਰੇ ਮਨ ਅੰਤਰ ਕੀ ਪੀ ਮੇਰੇ ਮਨ ਅੰਤਰ ਕੀ ਪੀ ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੇ ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੇ
ਸਤਿਗੁਰ ਕੀ ਮਦਦੀ ਲੈ ਸਤਿਗੁਰ ਕੀ ਮਦਦੀ ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੇ ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੇ ਆਸ ਪੂਜਾਵੋ ਆਸ ਪੂਜਾਵੋ ਜਨ ਨਾਨਕ ਕੀ ਹਰ ਰਸ ਪੂਜਾਵੋ ਹਰ ਰਸ ਪੂਜਾਵੋ ਜਨ ਨਾਨਕ ਕੀ ਹਰ ਆਸ ਪੂਜਾਵੋ ਹਰ ਦਰਸ਼ਨ ਸਾਤ ਸ੍ਰੀ 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 ਹਰ ਦਰਸ਼ਨ ਸ਼ਾਂਤ ਸ੍ਰੀ ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੇ ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੇ ਕੋਈ ਬਾਤ ਸੁਣਾਵੇ ਕੋਈ ਬਾਤ ਸੁਣਾਵੇ ਕੋਈ ਬਾਤ ਸੁਣਾਵੇ ਰੋਜ਼ਾਨਾ ਹੀ ਵਟਸਐਪ 'ਤੇ ਫੇਸਬੁੱਕ 'ਤੇ ਯੂਟਿਊਬ 'ਤੇ ਲਗਾਤਾਰ ਮੈਸੇਜ ਛੱਡੀ ਜਾ ਰਹੇ ਸਨ ਕਿ ਸਮਾਗਮ ਵਧੀਆ ਹੋ ਜਾਏ। ਸੋ ਸਤਿਗੁਰੂ ਨੇ ਕਿਰਪਾ ਕੀਤੀ, ਤੁਸੀਂ ਸੰਗਤ ਜਿਹੜੀ ਖਾਸ ਕਰਕੇ ਬੱਸਾਂ 'ਤੇ ਆਈ ਹੋ ਪਿੰਡਾਂ ਤੋਂ, ਉਹਨਾਂ ਦਾ ਵੀ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ। ਇਸ ਇਲਾਕੇ ਦੀ ਸੰਗਤ, ਮੁਹੱਲੇ ਦੀ ਸੰਗਤ, ਜਿੰਨੇ ਤੁਸੀਂ ਆਏ ਹੋ, ਸਾਰਿਆਂ ਦਾ ਹੀ ਸ਼ੁਕਰਗੁਜ਼ਾਰ ਹਾਂ। ਗੁਰੂ ਕਿਰਪਾ ਕਰੇ ਆਉਣ ਵਾਲੇ ਸਮੇਂ ਵਿੱਚ ਇਹਨਾਂ ਦਾ ਉਤਸ਼ਾਹ ਬਣੇਗਾ, ਜਿਹੜਾ ਤੁਸੀਂ ਹੁੰਗਾਰਾ ਦਿੱਤਾ ਨਾ ਪਹਿਲੀ ਵਾਰ ਆ ਕੇ। ਅਤੇ ਇਹਦੇ ਨਾਲ ਇਸ, ਕਿਉਂਕਿ ਸਾਰੇ ਨੌਜਵਾਨ ਨੇ ਔਰ ਪਹਿਲਾਂ ਇਹਨਾਂ ਦਾ ਉੱਦਮ ਸੀ, ਇਹਦੇ ਲਈ ਗੁਰੂ ਕਿਰਪਾ ਕਰੇਗਾ, ਇਹ ਸਾਰੇ ਕਾਰਜ ਵਧੀਆ ਹੋ ਜਾਣਗੇ। ਸੋ ਸਤਿਕਾਰਯੋਗ ਬੀਬੀ ਦਲੇਰ ਕੌਰ ਜੀ ਖਾਲਸਾ ਜੀ ਦਾ ਸਮੁੱਚਾ ਢਾਡੀ ਜਥਾ, ਉਹਨਾਂ ਨੂੰ ਜੀਆਂ ਆਖਦਾ। ਇਤਿਹਾਸ ਦਾ ਇੱਕ ਸੁਨਹਿਰੀ ਪੰਨਾ ਉਹਨਾਂ ਨੇ ਤੁਹਾਡੇ ਨਾਲ ਸਾਂਝਾ ਕਰਨਾ, ਔਰ ਇੱਕ ਜੈਕਾਰਾ ਬੁਲਾਇਓ ਢਾਡੀ ਜਥੇ ਲਈ। ਜੈਕਾਰੇ ਵੱਲੋਂ ਹੱਥ ਢਿੱਲਾ ਨਾ ਰੱਖਿਓ, ਖੁੱਲ੍ਹ ਕੇ ਬੋਲਿਓ, ਪਤਾ ਲੱਗੇਗਾ ਕਿ ਜਥੇ ਦੀ ਥਕਾਵਟ ਵੀ ਉਤਰ ਜਾਏਗੀ, ਕਿਉਂਕਿ ਇਹਨਾਂ ਨੇ 9 ਤੋਂ 10 ਕੀਰਤਨ ਕਰਨਾ ਸੀ, ਹੁਣ 10 ਤੋਂ 11 ਹੈ। ਸੋ ਇਹ ਲੰਬਾ ਸਮਾਂ ਪਹਿਲਾਂ ਹੀ ਹੋ ਚੁੱਕਾ। ਇੱਕ ਜੈਕਾਰਾ ਬੁਲਾ ਰਿਹਾ ਜੀ, ਬੋਲੇ ਸੋ ਨਿਹਾਲ।
ਨਮਸਕਾਰ ਗੁਰਦੇਵ ਕੋ ਸਤਨਾਮ ਜਿਸ ਮੰਤਰ ਸੁਣਾਇਆ ਪੌਜਲ ਵਿੱਚੋਂ ਕੱਢ ਕੇ ਮੁਕਤ ਪਦਾਰਥ ਮਹਿ ਸਮਾਇਆ ਜਨਮ ਮਰਨ ਪਉ ਕੱਟਿਆ ਸੰਸਾਰ ਰੋਗ ਵਿਯੋਗ ਮਿਟਾਇਆ ਸੰਸਾਰ ਇਹ ਸੰਸਾਰ ਹੈ ਜਨਮ ਮਰਨ ਵਿੱਚ ਦੁੱਖ ਸਮਾਇਆ ਮੈਂ ਮੂਰਖ ਕੀ ਕੇਤਕ ਬਾਤ ਹੈ ਕੋਟ ਪਰਾਦੀ ਤਰਿਆ ਰੇ ਗੁਰ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗੁਰ ਬਾਸਨਾ ਹਰਿਆ ਹਾਜ਼ਰਾ ਹਜ਼ੂਰ ਜ਼ਹਰਾ ਜ਼ਹੂਰ
ਸਰਬ ਕਲਾ ਭਰਪੂਰ ਬਾਣੀ ਕੇ ਬਹੁਤ ਦੋ ਜਹਾਨ ਕੇ ਵਾਲੀ ਪੀਰਾਂ ਦੇ ਪੀਰ ਬਾਬਿਆਂ ਦੇ ਬਾਬੇ ਬਾਦਸ਼ਾਹਾਂ ਦੇ ਬਾਦਸ਼ਾਹ ਸ਼ਹਿਨਸ਼ਾਹਾਂ ਦੇ ਵੀ ਸ਼ਹਿਨਸ਼ਾਹ ਹਜ਼ੂਰੇ ਅਨਵਰ ਵਾਲੀਏ ਗੁਲ ਆਲਮ ਨਮਾਣਿਆਂ ਦੇ ਮਨ ਗੁਰੂ ਨਤਾਣਿਆਂ ਦੇ ਤਨ ਗੁਰੂ ਨਿਓਟਿਆਂ ਦੀ ਓਟ ਨਿਆਸਰੀਆਂ ਦੇ ਆਸਰੇ ਐਸੇ ਦੀਨ ਦਿਆਲ ਕਲੰਕ ਪ੍ਰਣਾਸੀ ਦੇ ਆਲੰਗ ਸਰੂਪੇ ਸਦਾ ਅੰਗ ਸੰਗੇ ਅਪੰਗ ਬੇਪੂਤੇ ਹਾਜ਼ਰ ਨਾਜ਼ਰ ਪ੍ਰਤੱਕ ਸਤਿਗੁਰੂ ਚਵਰ ਛਤਰ ਤਖਤ ਦੇ ਮਾਲਕ ਦਾਤੇ ਆਦਿ ਮਹਾਰਾਜ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪਾਤਸ਼ਾਹ ਜੀਆਂ ਦੀ ਪਾਵਨ ਪਵਿੱਤਰ ਨਿੱਕੀ ਗੋਦ ਅੰਦਰ ਸਜ ਬੈਠੇ ਜੁੜ ਬੈਠੇ ਗੁਰੂ ਰੂਪ ਗੁਰੂ ਪਿਆਰੇ ਖਾਲਸਾ ਜੀ ਆਓ ਹਾਜ਼ਰੀਆਂ ਸ਼ਹਿਨਸ਼ਾਹ ਪਾਤਸ਼ਾਹ ਜੀਆਂ ਦੇ ਮੁਬਾਰਕ ਚਰਨਾਂ ਵਿੱਚ ਲਗਵਾ ਲਈਏ ਕੋਈ ਵੀ ਰਸਨਾ ਵਾਂਝੀ ਨਾ ਰਹੇ ਕਵੀ ਨੇ ਕਹਿਣਾ ਕੀਤਾ ਆਂਦਾ ਜਿਹੜਾ ਫਤਿਹ ਦੇ ਨਾਲ ਹੈ ਪਿਆਰ ਕਰਦਾ ਉਹਦੀ ਆਤਮਾ ਫਤਿਹ ਹੈ ਪਾ ਜਾਂਦੀ ਜਿਹੜਾ ਫਤਿਹ ਬੁਲਾਉਣ ਤੋਂ ਸੰਕੋਚ ਕਰਿਆ ਨੂੰ ਫਤਿਹ ਵੀ ਫਤਿਹ ਬੁਲਾ ਜਾਂਦੀ ਸਦਾ ਸੰਗਤ ਦੇ ਮਨ ਨੂੰ ਰੰਗ ਚੜਦਾ ਵਿੱਚ ਸੰਗਤ ਹੀ ਫਤਿਹ ਪਾਈ ਦੀ ਤੇ ਜਦੋਂ ਸਤ ਸੰਗਤ ਵਿੱਚ ਆ ਜਾਈਏ ਉਦੋਂ ਗੱਜ ਕੇ ਫਤਿਹ ਬੁਲਾਈ ਦੀ ਆਓ ਜੀ ਰਸਨਾ ਨੂੰ ਕਰੋ ਪਵਿੱਤਰ ਬੜੇ ਅਦਬ ਦੇ ਨਾਲ ਦੋ ਹੱਥ ਜੋੜ ਕੇ ਫਤਿਹ ਗਜਾਈਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਿਆਨ ਧਿਆਨ ਕਿਸ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਜ਼ਾਹਰ ਪੀਰ ਜਗਤ ਗੁਰੂ ਬਾਬਾ ਜਗਤ ਗੁਰੂ ਨਾਨਕ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਤਿਨਾਂ ਦੇ 550 ਸਾਲਾਂ ਪਾਵਨ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਾਹਿਬ ਜੀਆਂ ਦੀ ਪਾਵਨ ਗੋਦ ਅੰਦਰ ਹਾਜ਼ਰੀਆਂ ਲਗਵਾ ਰਿਹਾ ਆਓ ਜੀ ਜਿਤਨਾ ਕੁ ਸਮਾਂ ਹੈ ਆਪਣੇ ਕੋਲ ਗੁਰ ਇਤਿਹਾਸ ਗੁਰ ਵਿਚਾਰਾਂ ਦੀ ਸੰਧ ਕਰੀਏ ਸਾਡੇ ਤੋਂ ਪਹਿਲਾਂ ਪੰਥ ਦੇ ਆਲਮ ਫਾਜ਼ਲ ਵਿਦਵਾਨ ਜਿਨ੍ਹਾਂ ਨੇ ਆਪ ਸੰਗਤਾਂ ਦੇ ਨਾਲ ਗੁਰ ਇਤਿਹਾਸ ਗੁਰ ਦੀਆਂ ਕਥਾ ਕਹਾਣੀਆਂ ਗੁਰ ਵਿਚਾਰਾਂ ਦੀ ਸੰਧ ਪਈ ਹੈ ਢਾਡੀਆਂ ਦੇ ਵਿਚੋਲੇ ਤਨ ਬਹਾਦਰ ਬਾਬਾ ਬਿਧੀ ਚੰਦ ਸਾਹਿਬ ਜੀ ਬਿਧੀ ਚੰਦ ਸ਼ੀਨਾ ਗੁਰੂ ਕਾ ਸੀਨਾ ਸਤਿਕਾਰਯੋਗ ਬਾਬਾ ਜੀ ਬਾਬਾ ਬੰਤਾ ਸਿੰਘ ਸਾਹਿਬ ਸਤਿਕਾਰਯੋਗ ਬਾਬਾ ਜੀ ਬਾਬਾ ਜੀਵਾ ਸਿੰਘ ਜੀ ਜਿਨ੍ਹਾਂ ਨੇ ਆਪ ਸੰਗਤਾਂ ਦੇ ਨਾਲ ਗੁਰ ਇਤਿਹਾਸ ਗੁਰ ਵਿਚਾਰਾਂ ਦੀ ਸੰਧ ਰੱਖੀ ਹੈ ਆਓ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਦੇ ਪਾਵਨ ਜੀਵਨ ਦੇ ਇਤਿਹਾਸ ਨੇ ਜਿਹੜੇ ਉਹਨਾਂ ਦੇ ਚੋਜ ਕੀਤੇ ਹੋਏ ਨੇ ਉਹਨਾਂ ਦੇ ਵਿੱਚੋਂ ਕੁਝ ਪੰਨਿਆਂ ਦਾ ਜਿਹੜਾ ਇਤਿਹਾਸ ਹੈ ਉਹ ਆਪ ਸੰਗਤਾਂ ਦੇ ਨਾਲ ਵਿਚਾਰਾਂ ਦੀ ਸਾਂਝ ਪਾ ਕਰਕੇ ਖਿਮਾ ਦੇ ਜੱਚ ਕੋਡਾਣਾ ਸਮਾਂ ਬਿਲਕੁਲ ਆਪਣੇ ਕੋਲ ਸੀਮਤ ਜਿਹਾ ਹੈ ਕਲਕਾਤੀ ਰਾਜੇ ਕਸਾਈ ਧਰਮ ਪੰਖ ਕਰ ਉੱਡ ਰਿਹਾ ਕੂੜ ਅਮਾਵਸ ਸੱਚ ਚੰਦਰਮਾ ਦੀਸੇ ਨਾਹੀਂ ਕਹਿ ਚੜਿਆ ਉਸ ਪਾਪਾਂ ਦੇ ਘੁੱਪ ਹਨੇਰੇ ਦੇ ਵਿੱਚ ਧਰਮ ਦੀ ਕਿਰਨ ਕਿਤੇ ਨਜ਼ਰ ਨਹੀਂ ਸੀ ਆਉਂਦੀ ਰਾਜੇ ਵੀ ਕਸਾਈ ਹੋ ਗਏ ਸਨ ਉਹਨਾਂ ਦੇ ਹੱਥੋਂ ਕਿਸੇ ਦੀ ਪਤ ਆਬਰੂ ਬਚੀ ਹੋਈ ਨਹੀਂ ਸੀ ਰਹੀ ਅਕਾਲ ਪੁਰਖ ਦੀ ਦਰਗਾਹ ਦੇ ਵਿੱਚ ਪੁਕਾਰਾਂ ਕੀਤੀਆਂ ਗਈਆਂ ਇਹ ਪੁਕਾਰਾਂ ਕੀਤੀਆਂ ਕਿਹਨੇ ਇਹ ਪੁਕਾਰਾਂ ਦੁਖੀ ਜਨਤਾ ਨੇ ਕੀਤੀਆਂ ਜੇ ਦੁਖੀ ਧਰਤੀ ਨੇ ਕੀਤੀਆਂ ਬਾਬਾ ਕਲਿਆਣ ਦਾਸ ਜੀ ਜਿਨ੍ਹਾਂ ਦੇ ਘਰ ਇੱਕ ਪਲੇਠੀ ਕੰਨਿਆਂ ਨੇ ਜਨਮ ਲਿਆ ਜਿਸਦਾ ਜਨਮ ਨਾਨਕੇ ਘਰ ਹੁਣ ਕਰਕੇ ਮਾਤਾ ਪਿਤਾ ਨੇ ਨਾਉ ਕੀ ਰੱਖਿਆ ਜੇ ਨਾਨਕੀ ਹੁਣ ਜਿਉਂ ਜਿਉਂ ਨਾਨਕੀ ਵੱਡੀ ਹੁੰਦੀ ਜਾਂਦੀ ਹੈ ਤਿਉਂ ਤਿਉਂ ਮਾਤਾ ਤ੍ਰਿਪਤਾ ਜੀਆਂ ਦੇ ਦਿਲ ਦੇ ਅੰਦਰ ਪੁੱਤਰ ਦੀ ਰੀਝ ਬਲਵਾਨ ਹੁੰਦੀ ਜਾਂਦੀ ਜੇ ਮਾਵਾਂ ਭਾਵੇ ਹੋਵਣ ਭਰੀਆਂ ਨਾਲ ਹੁਸਨ ਦੇ ਡਗ ਡਗ ਭਰੀਆਂ ਸ਼ਾਹੀ ਕਰੀ
ਵਿਆਹੀਆਂ ਵਰੀਆਂ ਪਹਿਨਣ ਪੱਟ ਹੰਡਾ ਬਣ ਚਰੀਆਂ ਪੂਰਾ ਕਦੇ ਸ਼ਿੰਗਾਰ ਨਾ ਹੋਵੇ ਜੇ ਗੋਦੀ ਦੇ ਵਿੱਚ ਲਾਲ ਨਾ ਹੋਵੇ। ਹੁਣ ਇੱਕ ਦਿਨ ਨਾਨਕੀ ਘਰ ਤੋਂ ਬਾਹਰ ਆਪਣੀਆਂ ਸਖੀਆਂ ਦੇ ਨਾਲ ਖੇਡਣ ਵਾਸਤੇ ਗਈ। ਸਹੇਲੀਆਂ ਨੇ ਆਪਣੇ ਵੀਰਾਂ ਨੂੰ ਗੋਦੀ ਚੁੱਕਿਆ ਹੋਇਆ ਤੇ ਇੱਕ ਸਹੇਲੀ ਦੇ ਅੱਗੇ ਨਾਨਕੀ ਨੇ ਬਾਹਾਂ ਅਗਾਂ ਕੀਤੀਆਂ ਨੇ, ਆਂਦੀ ਅੜੀਏ ਮੈਨੂੰ ਵੀ ਵੀਰ ਨੂੰ ਖਿਡਾ ਲੈਂਦੇ। ਅੱਗੋ ਸਹੇਲੀ ਨੇ ਪਾਸਾ ਵਟ ਲਿਆ, ਆਂਦੀ ਨਾਨਕੀਏ ਮੇਰੇ ਵੀਰ ਨੂੰ ਤੇ ਤੂੰ ਤੱਕੀ ਵੀ ਨਾ। ਮੇਰੀ ਮਾਂ ਕਹਿੰਦੀ ਜੇ ਤੂੰ ਮਾੜੇ ਕਰਮਾਂ ਵਾਲੀ ਏ, ਜਿੱਦਣ ਦੀ ਤੂੰ ਜੰਮੀ ਹੈ ਤੁਹਾਡੇ ਘਰ ਕਿਸੇ ਬੱਚੇ ਨੇ ਜਨਮ ਨਹੀਂ ਲਿਆ। ਇਹ ਨਾਨਕੀਏ ਜੇ ਬਹੁਤਾ ਵੀਰ ਖਡਾਵਣੇ ਦਾ ਚਾਹਦੇ ਨਾ, ਜਾ ਕਰ ਚਲੀ ਜਾ, ਕਰ ਜਾ ਕੇ ਵੀਰ ਨੂੰ ਖਡਾ ਲੈ। ਹੁਣ ਮਾਤਾ ਤ੍ਰਿਪਤਾ ਜੀ ਵਿਹੜੇ ਦੇ ਵਿੱਚ ਬੈਠੇ ਨੇ ਤੇ ਜਦੋਂ ਭੱਜੀ ਭੱਜੀ ਨਾਨਕੀ ਆ ਕੇ ਮਾਂ ਦੀ ਗੋਦ ਵਿੱਚ ਬੈਠ ਕੇ ਮਾਂ ਦੇ ਗਲ ਨੂੰ ਬਾਹਾਂ ਪਾ ਕੇ ਕਹਿਣਾ ਕਰਦੀ, ਮਾਂ ਮੇਰਾ ਵੀਰ ਕਹਾਵੇਗਾ, ਕਿਉਂਕਿ ਸਖੀਆਂ ਮਿਹਣੇ ਮਾਰਦੀਆਂ ਨੇ, ਜਾ ਘਰ ਚਲੀ ਜਾ ਤੇ ਘਰ ਜਾ ਕੇ ਵੀਰ ਨੂੰ ਖਡਾ ਲੈ। ਮਾਤਾ ਤ੍ਰਿਪਤਾ ਜੀਆਂ ਦੇ ਕਲੇਜੇ ਦਾ ਰੁੱਗ ਭਰ ਆਇਆ, ਆਂਦੇ ਨਾਨਕੀਏ ਧੀਏ ਤੂੰ ਵੀ ਉਹਦੇ ਅੱਗੇ ਪੁਕਾਰਾਂ ਕਰ ਜਿਹਦੇ ਅੱਗੇ ਤੇਰੀ ਮਾਂ ਰੋਜ਼ ਅਰਦਾਸਾਂ ਕਰਦੀ ਹੈ। ਤੇ ਪਿਆਰੀਓ ਹੁਣ ਜਦੋਂ ਭੈਣ ਨਾਨਕੀ ਨੇ ਅਰਦਾਸ ਕੀਤੀ, ਮਾਤਾ ਤ੍ਰਿਪਤਾ ਜੀ ਨੇ ਅਰਦਾਸ ਕੀਤੀ, ਅਕਾਲ ਪੁਰਖ ਨਿਰਗੁਣ ਤੋਂ ਸਰਗੁਣ ਦਾ ਰੂਪ ਧਾਰ ਕੇ ਸੰਸਾਰ ਦੇ ਵਿੱਚ ਆਇਆ ਜੀ। ਕੁਦਰਤ ਜਾਗ ਉੱਠੀ, ਰਾਮ ਰਾਮ ਕਰਦੀ ਵਿਦਿਆ ਹੋ ਰਹੀ ਸੀ ਜਗਤੋ ਰਾਤ ਰਾਣੀ, ਅੱਖ ਪੱਟੀ ਸੀ ਨਰਗਸ ਚਮੇਲੀਆਂ ਨੇ ਪਾ ਰਹੀ ਸੀ ਸੁੰਦਰਤਾ ਝਾਤ ਰਾਣੀ, ਪੰਛੀ ਭਾਰੀਆਂ ਫੁੱਲਾਂ ਤੇ ਗੂੰਜ ਪਾਈ ਖੁਸ਼ੀਆਂ ਵੰਡ ਰਹੀ ਸੀ ਕਰਾ ਮਾਤ ਰਾਣੀ, ਨਿਰਗੁਣ ਤੋਂ ਸਰਗੁਣ ਰੂਪ ਕੇ ਪੂਰਨ ਬ੍ਰਹਮ ਕੋਈ ਵਿੱਚ ਸਰੀਰ ਆਇਆ ਵੀਰ ਨਾਨਕੀ ਦਾ ਧੀਰ ਤ੍ਰਿਪਤਾਂ ਦਾ ਰੱਬੀ ਪੀਰ ਕੋਈ ਪੀਰਾਂ ਦਾ ਪੀਰ ਆਇਆ। ਜਦੋਂ ਸਤਿਗੁਰ ਜੀਆਂ ਦਾ ਪ੍ਰਕਾਸ਼ ਹੋਣਾ ਸੀ ਨਾ, ਇਤਿਹਾਸ ਅੰਦਰ ਜ਼ਿਕਰ ਆਉਂਦਾ ਜੇ ਤਾਈ ਦੌੜਤਾਂ ਦਾ, ਮੇਰੀਆਂ ਭੈਣਾਂ ਤੇ ਮਤਾਵਾਂ ਬੈਠੀਆਂ ਜੋ ਤਵਜੋ ਦਿਆ ਜੇ, ਜੇ ਕੋਈ ਸਾਨੂੰ ਇਹ ਸਵਾਲ ਕਰੇ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਪਾਤਸ਼ਾਹ ਜੀਆਂ ਦੇ ਸਭ ਤੋਂ ਪਹਿਲਾਂ ਦੀਦਾਰ ਕਿੰਨੇ ਕੀਤੇ, ਇੱਕ ਔਰਤ ਦਾ ਨਾਮ ਆਵੇਗਾ ਤਾਈ ਦੌਲਤਾਂ ਦਾ, ਜੇ ਕੋਈ ਇਹ ਸਵਾਲ ਕਰ ਲਵੇ ਧੰਨ ਗੁਰੂ ਨਾਨਕ ਸਾਹਿਬ ਦਾ ਪਹਿਲਾ ਸਿੱਖ ਕੌਣ ਹੈ, ਉਹ ਵੀ ਇੱਕ ਔਰਤ ਦਾ ਨਾਮ ਆਵੇਗਾ ਬੇਬੇ ਨਾਨਕੀ ਦਾ। ਹੁਣ ਤਾਈ ਦੌਲਤਾਂ ਕਹਿੰਦੀ ਪਟਵਾਰੀ ਜੀ ਅੱਜ ਇਸ ਵਾਰ ਤੁਹਾਡੇ ਘਰ ਪੁੱਤਰ ਨੇ ਜਨਮ ਲਿਆ, ਮੈਨੂੰ ਥਾਲ ਭਰ ਕੇ ਸੋਨੇ ਦੀਆਂ ਮੋਹਰਾਂ ਦਿਆ ਜੇ, ਇੱਕ ਸਾਲ ਦਾ ਮੈਨੂੰ ਰਾਸ਼ਨ ਚਾਹੀਦਾ ਜੀ, ਮੇਰੇ ਨਾਲ ਵਾਅਦਾ ਕਰੋ ਦਿਓਗੇ। ਤੇ ਬਾਬਾ ਕਲਿਆਣ ਦਾਸ ਜੀ ਕੀ ਕਹਿਣਾ ਕਰਦੇ ਨੇ, ਦੌਲਤਾਂ ਜੋ ਮੰਗੇਗੀ ਮੈਂ ਦੇ ਦਿਆਂਗਾ, ਪਰ ਦਾਈ ਦੌਲਤਾਂ ਨਹੀਂ ਜਾਣਦੀ ਜਿਸ ਬੱਚੇ ਦਾ ਮੇਰੇ ਹੱਥਾਂ ਦੇ ਵਿੱਚ ਜਨਮ ਹੋਣਾ ਉਹਨੇ ਮੇਰਾ ਲੋਕ ਵੀ ਤੇ ਪਰਲੋਕ ਵੀ ਸਵਾਰ ਦੇਣਾ ਜੀ। ਹੁਣ ਪਿਆਰੇ ਖਾਲਸਾ ਜੀ ਜਦੋਂ ਸਾਹਿਬ ਜੀਆਂ ਦਾ ਪ੍ਰਕਾਸ਼ ਹੁੰਦਾ ਹੈ, ਦਾਈ ਦੌਲਤਾਂ ਦੇ ਹੱਥ ਦੇ ਵਿੱਚ ਮੇਰਾ ਬਾਬਾ ਨਾਨਕ, ਜਦੋਂ ਪਾਤਸ਼ਾਹ ਜੀ ਨੇ ਮੁਸਕਰਾਉਂਦੇ ਹੋਏ ਮੁਖੜੇ ਦੇ ਨਾਲ ਦਾਈ ਦੌਲਤਾਂ ਦੇ ਨੇਤਰਾਂ ਦੇ ਵਿੱਚ ਨੇਤਰ ਪਾਏ ਤੇ ਦਾਈ ਦੌਲਤਾਂ ਦੇ ਕਪਾਟ ਖੁੱਲ ਗਏ, ਨਿਹਾਲ ਹੋ ਗਈ। ਆ ਕੇ ਦੱਸਣਾ ਕਰਦੀ ਜੇ ਪਟਵਾਰੀ ਜੀ ਤੁਹਾਡੇ ਘਰ ਪੁੱਤਰ ਨੇ ਜਨਮ ਲਿਆ, ਬਾਬਾ ਜੀ ਨੇ ਥਾਲ ਭਰ ਕੇ ਮੋਹਰਾਂ ਦਾ ਦਿੱਤਾ। ਦਾਈ ਦੌਲਤਾਂ ਕਹਿੰਦੀ ਪਟਵਾਰੀ ਜੀ ਪਹਿਲਾਂ ਤੇ ਮੈਂ ਨਾਮ ਕਰਕੇ ਦੌਲਤਾਂ ਸੀ, ਅੱਜ ਮੈਂ ਤੇਰੇ ਪੁੱਤਰ ਦੇ ਦੀਦਾਰ ਕਰਕੇ ਸੱਚਮੁੱਚ ਹੀ ਦੌਲਤਾਂ ਬਣ ਗਈ। ਉਹ ਦਾਈ ਦੌਲਤਾਂ ਨੂੰ ਫਿਰ ਕਿਸੇ ਦੁਨੀਆਂ ਦੀ ਚੀਜ਼ ਦੀ ਭੁੱਖ ਨਹੀਂ ਰਹੀ, ਕਿਉਂਕਿ ਸਾਹਿਬ ਨੇ ਐਡੀਆਂ ਖੁਸ਼ੀਆਂ ਦਿੱਤੀਆਂ, ਫਿਰ ਲੋਕਾਂ ਦੇ ਘਰ ਅੱਗੇ ਜਾ ਕੇ ਦਾਈ ਦੌਲਤਾਂ ਨੂੰ ਮੰਗਣਾ ਨਹੀਂ ਪਿਆ। ਹੁਣ ਪਿਆਰਿਓ ਜਦੋਂ ਪੰਡਿਤ ਹਰਦਿਆਲ ਆਇਆ ਨਾ, ਤਿਆ ਕੇ ਦਾਈ ਦੌਲਤਾਂ ਨੂੰ ਪੁੱਛਣਾ ਕਰਦਾ,
ਜਦੋਂ ਇਸ ਬਾਲਕ ਦਾ ਜਨਮ ਹੋਇਆ ਉਸ ਸਮੇਂ ਮਾਹੌਲ ਕਿਹੋ ਜਿਹਾ ਸੀ? ਕਿਉਂਕਿ ਬਾਬੇ ਨਾਨਕ ਦਾ ਨਾਮ ਰੱਖਣਾ, ਜੇ ਹੁਣ ਬਾਲਕ ਦਾ ਘਰ ਦੇ ਵਿੱਚ ਰਿਸ਼ਤੇਦਾਰ ਮਹਿਮਾਨ ਆਏ ਹੋਏ ਨੇ, ਦਾਈ ਦੌੜਦਾ ਨੇ ਦੱਸਣਾ ਕੀਤਾ ਇਹ ਪਟਵਾਰੀ ਦਾ ਪੁੱਤਰ ਅਨੋਖਾ ਦੇ। ਦੁਨੀਆ ਦੇ ਸਾਰੇ ਬੱਚੇ ਜਨਮ ਲੈਣ ਤੋਂ ਬਾਅਦ ਰੋਂਦੇ ਨੇ, ਪਰ ਪਟਵਾਰੀ ਦਾ ਪੁੱਤ ਹੱਸਦਾ ਹੈ। ਜੀ ਕਰਦਾ ਮੈਂ ਇਹਦੇ ਨੌਰਾਨੀ ਮੁਖੜੇ ਨੂੰ ਤੱਕੀ ਜਾਵਾਂ, ਤੇ ਜਦੋਂ ਇਹਦਾ ਜਿਸ ਕਮਰੇ ਵਿੱਚ ਜਨਮ ਹੋਇਆ ਨਾ, ਉਸ ਸਮੇਂ ਐਸੀ ਰੋਸ਼ਨੀ ਜਿਵੇਂ 100 ਸੂਰਜ ਧਰਤੀ ਤੇ ਉਤਰ ਆਇਆ ਹੋਵੇ। ਤੇ ਪੰਡਿਤ ਹਰਦਿਆਲ ਕਹਿੰਦਾ ਮੈਂ ਉਸ ਬਾਲਕ ਨੂੰ ਵੇਖਣਾ ਚਾਹੁੰਦਾ ਹੈ। ਤੇ ਜਦੋਂ ਆ ਕੇ ਬਾਬੇ ਨਾਨਕ ਦੇ ਦੀਦਾਰ ਕਰਦਾ ਹੈ, ਤੇ ਪੰਡਿਤ ਹਰਦਿਆਲ ਨੇ ਵੀ ਸਭਾਂ ਦੇ ਚਰਨ ਪਕੜ ਕੇ ਡੰਡਾਉਤ ਕਰ ਦਿੱਤੀ। ਹੁਣ ਸਭ ਦੀ ਸਲਾਹ ਦੇ ਨਾਲ ਬਾਲਕ ਦਾ ਨਾਮ ਨਾਨਕ ਰੱਖਿਆ ਗਿਆ। ਹੁਣ ਪਿਆਰਿਓ, ਜਿਵੇਂ ਜਿਵੇਂ ਸਾਹਿਬ ਜੀ ਵੱਡੇ ਹੁੰਦੇ ਜਾਂਦੇ, ਹੁਣ ਪਿਤਾ ਜੀ ਕਹਿੰਦੇ ਮੈਂ ਆਪਣੇ ਪੁੱਤਰ ਨੂੰ ਦੁਨਿਆਵੀ ਵਿਦਿਆ ਪੜ੍ਹਾਵਾਂ, ਵੱਡਾ ਹੋ ਕੇ ਵੀ ਪਟਵਾਰੀ ਬਣੇ। ਜੇ ਪਾਂਧੇ ਕੋਲ ਪੜ੍ਹਨੇ ਪਾਇਆ, ਪੰਡਿਤ ਗੋਪਾਲ ਕੋਲ ਪੜ੍ਹਨੇ ਪਾਇਆ, ਇੱਥੋਂ ਤੱਕ ਬਾਲ ਵੀ ਕੁਤਬਦੀਨ ਦੇ ਸ਼ੰਕੇ ਵੀ ਨਿਵਰਤ ਕੀਤੇ, ਤੇ ਪਿਆਰਿਓ ਰਾਏ ਬੁਲਾਰ ਸਾਹਿਬਾਂ ਦਾ ਸਿੱਖ ਕਿਵੇਂ ਬਣਿਆ? ਜਦੋਂ ਮੱਝੀਆਂ ਨੇ ਜ਼ਿਮੀਂਦਾਰ ਦੀ ਫਸਲ ਬਰਬਾਦ ਕੀਤੀ, ਤੇ ਬਾਬੇ ਨਾਨਕ ਦੇ ਉਸ ਫਸਲ ਵਿੱਚ ਚਰਨ ਪਾਏ, ਤੇ ਫਸਲ ਪਹਿਲਾਂ ਨਾਲੋਂ ਵੀ ਹਰੀ ਭਰੀ ਹੋ ਗਈ। ਹੁਣ ਰਾਏ ਬੁਲਾਰ ਜਿੰਨਾ ਚਿਰ ਸਾਹਿਬ ਦੇ ਦੀਦਾਰ ਨਹੀਂ ਕਰ ਲੈਂਦਾ, ਉਹਨਾਂ ਚਿਰ ਪਿਆਰੇ ਖਾਲਸਾ ਜੀ ਜਲ ਦਾ ਘੁੱਟ ਵੀ ਨਹੀਂ ਦੇ ਸਕਦਾ। ਧੰਨ ਮੇਰਾ ਬਾਬਾ ਨਾਨਕ, ਕਿਹੜੇ ਕਿਹੜੇ ਚੋਚ ਦੱਸਾਂ ਮੈਂ ਆਪਣੇ ਸਾਹਿਬ ਦੇ, ਜੇ ਸੌਦਾ ਕੀਤਾ ਉਹ ਵੀ ਸੱਚ ਦਾ ਸੌਦਾ ਕੀਤਾ, ਭੁੱਖੇ ਸਾਧੂਆਂ ਨੂੰ ਭੋਜਨ ਛਕਾਇਆ। ਸੁਲਤਾਨਪੁਰ ਸਾਹਿਬ ਦੀ ਧਰਤੀ ਤੇ ਆਪਾਂ ਸਭ ਨੇ ਬਾਬੇ ਨਾਨਕ ਦਾ ਪਾਵਨ ਪ੍ਰਕਾਸ਼ ਪੁਰਬ ਮਨਾਇਆ, ਜੇ ਸਭ ਨੇ ਬੜੀ ਧੂਮ ਤੇ ਧਾਮ ਦੇ ਨਾਲ। ਤੇ ਅੱਜ ਪਿਆਰੇ ਖਾਲਸਾ ਜੀ, ਸਾਨੂੰ ਬਾਬੇ ਨਾਨਕ ਦੀ ਸੋਚ ਤੇ ਪਹਿਰਾ ਦੇਣਾ ਚਾਹੀਦਾ ਜੀ। ਕਿਵੇਂ ਬਾਬੇ ਨਾਨਕ ਦਾ ਮਿਸ਼ਨ ਕੀ ਹੈ? ਕਿਰਤ ਕਰੋ, ਨਾਮ ਜਪੋ ਤੇ ਵੰਡ ਕੇ ਛਕੋ। ਅੱਜ ਅਸੀਂ ਨਾਮ ਤੋਂ ਬੜੇ ਦੂਰ ਭੱਜਦੇ ਜਾ ਰਹੇ ਹਾਂ। ਖਸਮ ਵਿਸਾਰ ਖਵਾਰੀ ਕਿੰਨੀ ਤ੍ਰਿਗ ਜੀਵਨ ਨਹੀਂ ਰਹਿਣਾ। ਅੱਜ ਅਸੀਂ ਪਖੰਡੀ ਬਾਬਿਆਂ ਤੇ ਜ਼ਿਆਦਾ ਯਕੀਨ ਕਰਦੇ ਹਾਂ, ਪਰ ਧਿਆਨ ਦਿਓ ਬਾਬਾ ਨਾਨਕ ਕੀ ਕਹਿੰਦਾ, ਐ ਮੇਰਿਆ ਸਿਖਾ ਮੈਂ ਤੇਰੀ ਝੋਰੀ ਦੇ ਵਿੱਚ ਇਹੋ ਜਿਹਾ ਨਾਮ ਰਸ ਪਾਇਆ, ਜਿਸ ਦਿਨ ਤੈਨੂੰ ਨਾਮ ਰਸ ਚਖਣਾ ਆ ਗਿਆ ਨਾ, ਅਨੋਖੇ ਰੰਗ ਵਿੱਚ ਰੰਗਿਆ ਜਾਏਗਾ, ਪਰ ਬਾਬੇ ਫਰੀਦ ਜੀ ਵਾਂਗ ਗਾਵੇਂਗਾ, ਸ਼ੱਕਰ ਖੰਡ ਨਿਵਾਤ ਗੁੜ ਮਾਖੀਓ ਮਜਾ ਦੁੱਧ, ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਦੁੱਧ। ਤੇ ਪਿਆਰੀਓ, ਪਰ ਜਿਨ੍ਹਾਂ ਨੇ ਗੁਰੂ ਨਾਨਕ ਨੂੰ ਸੁਣਿਆ, ਜਿਨ੍ਹਾਂ ਨੇ ਗੁਰੂ ਨਾਨਕ ਨੂੰ ਪੇਖਿਆ, ਉਹ ਮਨੁੱਖ ਪ੍ਰਗਟ ਬਾਸ ਵਿੱਚ ਨਹੀਂ ਜੇ ਪੈਂਦਾ, ਕਿਉਂਕਿ ਸਾਹਿਬ ਜੀ ਐਸੀ ਅਗੰਮੀ ਬਖਸ਼ਿਸ਼ ਕਰਦੇ ਨੇ। ਉਹ ਮਨੁੱਖ ਆਪਣੀ ਬਿਰਤੀ ਸੰਸਾਰ ਨਾਲੋਂ ਤੋੜ ਕਰਕੇ ਨਿਰੰਕਾਰ ਦੇ ਨਾਲ ਜੋੜ ਲੈਂਦਾ ਏ, ਉਹ ਫਿਰ ਦੁਨਿਆਵੀ ਧਨ ਇਕੱਠਾ ਨਹੀਂ ਕਰਦਾ, ਮੈਂ ਮੇਰੀ ਮੇਰੀ ਨਹੀਂ ਕਰਦਾ, ਉਹ ਫਿਰ ਨਾਮ ਧਨ ਇਕੱਠਾ ਕਰਨ ਲੱਗਦਾ ਜੇ। ਹੁਣ ਜੇ ਮੈਂ ਗੱਲ ਕਰਾਂ ਜਨੇਊ ਦੀ, ਚੰਦਨ ਦੀ ਚੌਂਕੀ ਹੈ ਜਿਹਦੇ ਉੱਪਰ ਬਿਠਾ ਕਰਕੇ ਬਾਬੇ ਨਾਨਕ ਨੂੰ ਜਨੇਊ ਪਹਿਨਾਇਆ ਜਾਣਾ। ਹੁਣ ਜਦੋਂ ਪੰਡਿਤ ਹਰਦਿਆਲ ਸਾਹਿਬ ਜੀਆਂ ਦੇ ਗਲ ਦੇ ਵਿੱਚ ਜਨੇਊ ਪਾਉਣ ਲੱਗਾ ਨਾ, ਸਤਿਗੁਰਾਂ ਨੇ ਬਾਹਰ ਤੋਂ ਫੜ ਲਿਆ, ਕਹਿੰਦੇ ਪੰਡਿਤ ਜੀ ਪਹਿਲਾਂ ਦੱਸਣਾ ਕਰੋ, ਇਹ ਜਿਹੜਾ ਜਨੇਊ ਪਾਉਣ ਲੱਗੇ ਉਹ ਕਦੇ ਟੁੱਟੇਗਾ ਨਹੀਂ? ਪੰਡਿਤ ਕਹਿੰਦਾ ਹੈ ਨਾਨਕ ਕਿਹੋ ਜਿਹੀਆਂ ਗੱਲਾਂ ਕਰਦਾ, ਸਮਾਂ ਪੈਣ ਤੇ ਟੁੱਟੇਗਾ, ਇਹਨੂੰ ਮਨ ਲੱਗੇਗੀ ਲੱਗੇਗੀ, ਗਲੇਗਾ ਗਲੇਗਾ। ਸਾਹਿਬ ਜੀ ਕਹਿੰਦੇ ਫਿਰ ਉਹ ਜਨੇਊ ਪਾਓ, ਦਇਆ ਕੱਪਾ ਸੰਤੋਖ ਸੂਤ ਜੱਤ ਗੰਢੀ ਸੱਤ ਵੱਟ, ਇਹੋ ਜਨੇਊ ਜੀ ਕਾ ਹਈ ਤਾਂ ਭਾਂਡੇ ਘੱਤ, ਮੇਰੇ ਨਾਮ ਦਾ ਜਨੇਊ ਪਾਓ, ਮੇਰੇ ਸੱਚ ਦਾ ਜਨੇਊ ਪਾਓ। ਅੱਜ ਜਿਵੇਂ ਬਾਬਾ ਨਾਨਕ ਪੰਡਿਤ ਨੂੰ ਕਹਿਣਾ ਕਰਦਾ, ਆਓ ਜੀ ਕੋਰੇ ਸ਼ਾਂਦਰਾਂ ਜਥੇ ਦੇ ਪਾਸੋਂ ਸੁਣਦੇ ਚੱਲੋ।
ਜਨੇਊ ਹੈ ਦੱਬਾ ਦੇ ਪੰਡਿਤਾ ਸੱਚ ਦਾ ਜਨੇਊ ਹੈ ਦੱਬਾ ਦੇ ਪੰਡਿਤਾ ਸੱਚ ਦਾ ਜਨੇਊ ਹੈ ਦੱਬਾ ਦੇ ਪੰਡਿਤਾ
ਜੀਵਨ ਹੈ, ਬਾਣੀ ਹੀ ਮੇਰਾ ਸਿਮਰਨ ਹੈ। ਭਾਈ ਮਰਦਾਨਾ ਜੀ ਕਹਿੰਦੇ ਸਾਹਿਬ ਜੀ ਇਸ ਵਕਤ ਪਿਆਸ ਬੜੀ ਲੱਗੀ ਹੈ ਤੇ ਮਹਾਰਾਜ ਪਿਆਸ ਲੱਗੀ ਹੈ, ਕਾਗੜ ਤਾਂ ਨਹੀਂ ਜੇ ਬਣਦੀ, ਕਿਰਪਾ ਕਰੋ ਜਲ ਛਕਾ ਦਿਓ। ਮਹਾਰਾਜ ਪਾਤਸ਼ਾਹ ਜੀ ਨੇ ਪਿਆਰੇ ਖਾਲਸਾ ਜੀ ਕਹਿਣਾ ਕੀਤਾ, ਮਰਦਾਨਾ ਜੀ ਜੇ ਜਲ ਛਕਣਾ ਇੱਥੇ ਦੂਰ ਦੂਰ ਤੱਕ ਤੇ ਕਿਧਰੇ ਮਿਲਣਾ ਨਹੀਂ, ਡੇਢ ਮੀਲ ਉੱਤੇ ਪਹਾੜੀ ਤੇ ਬੈਠਾ ਬਲੀ ਕੰਧਾਰੀ ਉਹਦੇ ਕੋਲ ਜਲ ਦਾ ਸੋਮਾ ਤੇ ਜਲ ਉਹਨੂੰ ਛਕਣ ਦਿੰਦਾ ਜਿਹੜਾ ਉਹਨੂੰ ਆਪਣਾ ਮੁਰਸ਼ਦ ਸਮਝਦਾ ਤੇ ਉਹਦਾ ਚੇਲਾ ਬਣਦਾ। ਹੁਣ ਅੱਗੇ ਚਲ ਤੁਹਾਨੂੰ ਆਪ ਕਰਨੀ ਪਵੇਗੀ ਸਤ ਬਚਨ ਮਹਾਰਾਜ। ਭਾਈ ਮਰਦਾਨਾ ਜੀ ਚੜ੍ਹੇ ਨੇ ਡੇਢ ਮੀਲ ਪਹਾੜੀ ਦੇ ਉੱਤੇ, ਬਲੀ ਕੰਧਾਰੀ ਨੂੰ ਉਹਦੀ ਕੁਟੀਆ ਦੇ ਵਿੱਚ ਬੈਠੇ ਨੂੰ ਵੇਖਿਆ ਤੇ ਹੱਥ ਜੋੜ ਕੇ ਭਾਈ ਮਰਦਾਨਾ ਜੀ ਨੇ ਕਹਿਣਾ ਕੀਤਾ, ਐ ਬਲੀ ਕੰਧਾਰੀ ਪਿਆਸ ਬੜੀ ਲੱਗੀ ਹੈ ਤੇ ਹੋਰ ਮੈਂ ਡੇਢ ਮੀਲ ਪਹਾੜੀ ਤੇ ਚੜ੍ਹ ਕੇ ਆਇਆ, ਆ ਮੈਂ ਦੋ ਘੁੱਟ ਇਸ ਜਲ ਦੇ ਸੋਮੇ ਦੇ ਵਿੱਚੋਂ ਜਲ ਦੇ ਛਕ ਲਵਾਂ। ਬਲੀ ਕੰਧਾਰੀ ਨੂੰ ਸੁਣਿਆ ਨਹੀਂ। ਭਾਈ ਮਰਦਾਨਾ ਜੀ ਥੋੜ੍ਹਾ ਹੋਰ ਲਾਗੇ ਹੁੰਦੇ ਕਹਿੰਦੇ, ਐ ਖੁਦਾ ਦੇ ਪਿਆਰੇ ਜਿਸ ਖੁਦਾ ਦੀ ਬੰਦਗੀ ਦੇ ਵਿੱਚ ਇੰਨਾ ਮਗਨ ਹੋਇਆ ਬੈਠਾ ਤੈਨੂੰ ਉਸ ਖੁਦਾ ਦਾ ਵਾਸਤਾ, ਮੈਨੂੰ ਜਲ ਛਕ ਲੈਣ ਦੇ। ਬਲੀ ਕੰਧਾਰੀ ਖੋਲਦਾ ਅੱਖਾਂ, ਇਹਨੇ ਭਾਈ ਮਰਦਾਨਾ ਜੀਆਂ ਨੂੰ ਸੀਸ ਤੋਂ ਲੈ ਕਰਕੇ ਚਰਨਾਂ ਤੱਕ ਵੇਖਿਆ, ਪਰਾਵਾ ਵੇਖਿਆ। ਭਾਈ ਮਰਦਾਨਾ ਜੀ ਕਿਸੇ ਹੋਰ ਮਜ਼ਹਬ ਦੇ ਕਿਸੇ ਹੋਰ ਜਾਤ ਦੇ ਲੱਗੇ, ਕ੍ਰੋਧ ਵਿੱਚ ਆਇਆ, ਕਹਿੰਦਾ ਇੱਥੇ ਜਲ ਦੀ ਛਬੀਲ ਨਹੀਂ ਲਾਈ ਬੈਠਾ, ਜੇ ਦੂਜੀ ਵਾਰ ਮੰਗੇਗਾ ਤੇ ਪਹਾੜੀ ਤੋਂ ਥੱਲੇ ਧੱਕਾ ਦੇ ਦਿਆਂਗਾ। ਬੜੇ ਕੌੜੇ ਬੋਲ ਬੋਲਦਾ ਭਾਈ ਮਰਦਾਨਾ ਜੀ ਆਗੇ ਸਾਹਿਬ ਦੇ ਕੋਲ ਪਾਛਾ, ਬੜਾ ਤਤਾਈ, ਬੜੇ ਗੁੱਸੇ ਵਾਲੇ ਬੋਲ ਬੋਲਦਾ, ਮਹਾਰਾਜ ਪਿਆਸ ਬੜੀ ਲੱਗੀ ਜੇ ਆਪ ਜੀ ਕਿਰਪਾ ਕਰਦੀ। ਮਹਾਰਾਜ ਕਹਿਣ ਲੱਗੇ, ਮਰਦਾਨਾ ਜੀ ਹੁਣ ਜਲ ਤੇ ਉੱਥੋਂ ਹੀ ਛਕਣਾ ਪਵੇਗਾ, ਇੱਕ ਵਾਰ ਹੋਰ ਜਾ ਕੇ ਵੇਖਿਆ ਜੇ। ਭਾਈ ਮਰਦਾਨਾ ਜੀ ਫਿਰ ਪਹਾੜੀ ਤੇ ਚੜ੍ਹੇ। ਹੁਣ ਬਲੀ ਕੰਧਾਰੀ ਕਹਿੰਦਾ, ਪਹਿਲਾਂ ਇਹ ਦੱਸ ਤੇਰਾ ਗੁਰੂ ਕੌਣ ਹੈ, ਕਿਸ ਦਾ ਚੇਲਾ? ਭਾਈ ਮਰਦਾਨਾ ਜੀ ਕਹਿੰਦੇ, ਮੈਂ ਬਾਬੇ ਨਾਨਕ ਦਾ ਸਿੱਖ ਹਾਂ, ਮੈਂ ਧੰਨ ਗੁਰੂ ਨਾਨਕ ਸਾਹਿਬ ਦਾ ਚੇਲਾ। ਤੇ ਇਹਨੇ ਪਹਿਲਾਂ ਵੀ ਆਉਂਦੇ ਜਾਂਦੇ ਰਾਈਆਂ ਦੇ ਕੋਲੋਂ ਬਾਬੇ ਨਾਨਕ ਦੀ ਬੜੀ ਸਿਫਤ ਸੁਣੀ ਸੀ, ਉੱਥੇ ਭਜੀ ਨਹੀਂ। ਕਹਿਣ ਲੱਗਾ, ਜੇ ਤੇਰਾ ਨਾਨਕ ਐਡੀ ਕਰਨੀ ਵਾਲਾ ਹੈ, ਜੇ ਐਡਾ ਹੀ ਉਹ ਵੱਡਾ ਹੁੰਦਾ ਤੇ ਤੈਨੂੰ ਜਲ ਨਾ ਛਕਾ ਦਿੰਦਾ। ਕਹਿੰਦਾ, ਮੇਰੇ ਦਰ ਦਾ ਕਿਉਂ ਮੰਗਤਾ ਬਣ ਕੇ ਆਇਆ? ਹੁਣ ਇਹ ਜਿਹੜੇ ਬੋਲਦੇ ਕਾਲਜੇ ਨੂੰ ਚੀਰ ਕੇ ਨਿਕਲੇ ਨੇ ਆਗੇ ਸਾਹਿਬਾਂ ਦੇ ਕੋਲ, ਬਰਾਗ ਕੀਤਾ ਪਾਛਾ, ਅਹੰਕਾਰੀ ਮੈਨੂੰ ਜਿੰਨੇ ਮਰਜ਼ੀ ਮਾੜੇ ਬੋਲ ਬੋਲ ਲੈਂਦਾ, ਪਰ ਸਾਹਿਬਾਂ ਮੈਂ ਤੁਹਾਡੇ ਬਾਬਤ ਇਹ ਬੋਲ ਨਹੀਂ ਸੁਣ ਸਕਦਾ। ਸਾਹਿਬ ਜੀ, ਜੇ ਮੇਰਾ ਬਾਬਾ ਨਾਨਕ ਕੌੜੇ ਰੀਠਿਆਂ ਨੂੰ ਮਿੱਠਾ ਕਰ ਸਕਦਾ ਹੈ, ਜੇ ਸਾਹਿਬ ਜੀ ਸੱਪਾਂ ਦੀ ਜ਼ਹਿਰ ਮਾਰ ਕੇ ਸ਼ੇਰਾਂ ਨਾਲ ਜਾਰੀਆਂ ਲਾ ਸਕਦੇ ਹੋ, ਉਹ ਪਾਤਸ਼ਾਹ ਜਿਹਨੂੰ ਮਾਂ ਮਰ ਜਾਣਾ ਮਰ ਜਾਣਾ ਮਰ ਜਾਣਾ ਆਉਂਦੀ ਸੀ, ਉਹਨੂੰ ਮਰਦਾਨਾ ਬਣਾ ਦਿੱਤਾ, ਸਾਹਿਬ ਜੀ ਜਲ ਵੀ ਪ੍ਰਗਟ ਕਰ ਦਿਓ। ਸਾਹਿਬ ਜੀ ਕਹਿਣ ਲੱਗੇ, ਮਰਦਾਨਾ ਜੀ ਆ ਵੇਖਿਆ ਜੇ ਰੰਗ ਕਰਤਾਰ ਦੇ ਲਾਗੇ ਪੱਥਰ ਪਿਆ, ਮਹਾਰਾਜ ਨੇ ਪੱਥਰ ਉਠਾਇਆ ਤੇ ਧਰਤੀ ਦੇ ਵਿੱਚ ਜਲ ਦਾ ਚਸ਼ਮਾ ਫੁੱਟਿਆ। ਹੁਣ ਭਾਈ ਮਰਦਾਨਾ ਜੀ ਨੇ ਪਹਿਲਾਂ ਸਾਹਿਬ ਜੀਆਂ ਦੇ ਉਸ ਜਲ ਦੇ ਨਾਲ ਚਰਨ ਧੁਆਏ, ਸਾਹਿਬ ਜੀਆਂ ਨੂੰ ਜਲ ਛਕਾ ਕੇ ਫਿਰ ਆਪ ਜਲ ਛਕਿਆ, ਜਿਹੜਾ ਬਲੀ ਕੰਧਾਰੀ ਦਾ ਜਲ ਵਾਲਾ ਸੋਮਾ ਉਹਦੇ ਵਿੱਚ ਜਲ ਸੁੱਕ ਗਿਆ, ਖਾਲੀ ਹੋ ਗਿਆ। ਹੁਣ ਹੱਕਾ ਪੱਕਾ ਰਹਿ ਗਿਆ ਵੇਖ ਕੇ, ਇਹਨੇ ਉੱਚੀ ਪਹਾੜੀ ਤੋਂ ਇੱਕ ਪਹਾੜੀ ਦੇ ਵਾਂਗ ਬਣਿਆ ਭਾਰੀ ਪੱਥਰ ਹੇਠਾਂ ਵੱਲ ਨੂੰ ਸੁੱਟ ਦਿੱਤਾ। ਭਾਈ ਮਰਦਾਨਾ ਜੀ ਕਹਿੰਦੇ, ਸਾਹਿਬ ਜੀ ਵੇਖੋ, ਅਹੰਕਾਰੀ ਨੇ ਪੱਥਰ ਸੁੱਟ ਦਿੱਤਾ, ਉੜ ਚਲੀਏ। ਸਾਹਿਬ ਜੀ ਕਹਿੰਦੇ, ਅਡੋਲ ਬੈਠੇ ਰਹੋ ਤੇ ਬਾਣੀ ਕਹਿੰਦੀ, ਜੇ ਜਿਨ ਪ੍ਰੇਮ ਕੀਓ ਤੇ ਨਹੀਂ ਪ੍ਰਭ ਪਾਇਓ, ਵਿਸ਼ਵਾਸ ਰੱਖਦਾ ਜੇ ਮਹਾਰਾਜ ਤੇ ਅਡੋਲ ਬੈਠਾ ਜੇ ਭਾਈ ਮਰਦਾਨਾ, ਆਇਆ ਜੇ ਪੱਥਰ ਲੱਗ ਕੇ ਮਹਾਰਾਜ ਨੇ ਸਤ ਕਰਤਾਰ ਕਰਕੇ ਜਿਵੇਂ ਪੰਜੇ ਦੇ ਨਾਲ ਉਸ ਪੱਥਰ ਨੂੰ ਰੋਕਿਆ। ਆ ਕਵੀ ਨੇ ਸੁੰਦਰਾਂ ਲਿਖੀਆਂ ਤੇ ਮੈਂ ਜ਼ਿਕਰ ਕਰਦੀ ਹਾਂ। ਆ ਪਿਆਰੇ ਖਾਲਸਾ ਜੀ, ਕੋਰੜੇ ਨੂੰ ਪੂਰਨ ਦੀ ਬੰਦਸ਼ ਕਹਿਣ ਲੱਗੇ ਆ, ਜਿਹੜੇ ਪੁਰਾਣੇ ਬਜ਼ੁਰਗ ਨੇ ਪੁਰਾਤਨ ਢਾਡੀ ਰਾਗ ਨੂੰ ਜਾਣਦੇ ਨੇ, ਉਹਨਾਂ ਦਾ ਮਨ ਪਸੰਦ ਦਾ ਰਾਗ ਪੂਰਨ। ਆਓ ਜੀ, ਕਵੀ ਨੇ ਲਿਖਣਾ ਕੀਤਾ ਜੇ ਪੰਜੇ ਨਾਲ ਰੋਕਤਾ ਪਹਾੜ ਗੁਰਾ।